ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੇ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਅਨਸਰ ਕੀ ਡਿਸਕਸ ਕਰਾਂਗੇ ਜੋ ਕਿ ਤੁਹਾਡਾ ਪੰਜਾਬ ਵਕਫ ਬੋਰਡ ਦਾ ਪੇਪਰ ਕੰਡਕਟ ਕਰਵਾਇਆ ਗਿਆ ਹੈ ਫੋਰ ਦਾ ਪੋਸਟ ਆਫ SRS ਇਸ ਵੀਡੀਓ ਵਿੱਚ ਆਪਾਂ 100 ਕੁਐਸ਼ਨਸ ਦੀ ਅਨਸਰ ਕੀ ਡਿਸਕਸ ਕਰਾਂਗੇ ਇਸ ਦੇ ਵਿੱਚ ਜੋ ਉਰਦੂ ਦੇ ਕੁਐਸ਼ਨਸ ਨੇ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਹੈ ਆਪਣੇ ਕੋਲ ਸੈਕਸ਼ਨ B ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਨਸਰ ਕੀ ਲੌਜੀਕਲ ਰੀਜ਼ਨਿੰਗ ਦੀ ਮੈਂਟਲ ਅਬਿਲਟੀ ਦੀ ਔਰ ਇੰਗਲਿਸ਼ ਕੰਪਰੀਹੈਂਸ਼ਨ ਦੇ ਸਭ ਤੋਂ ਪਹਿਲਾ ਕੁਐਸਚਨ ਹੈ ਆਪਣੇ ਕੋਲ 26 ਨੰਬਰ ਕੁਐਸਚਨ ਇਹ ਟ੍ਰੇਨ ਤੋਂ ਕੁਐਸਚਨ ਪੁੱਛਿਆ ਗਿਆ ਸੀ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ 6 ਸੈਕਿੰਡ ਕਾਫੀ ਸਟੂਡੈਂਟ ਕਨਫਿਊਜ਼ ਹੋਣਗੇ ਇਹ ਸੈੱਟ ਕਿਹੜਾ ਹੈ ਇਹ ਸੈੱਟ ਹੈ ਬੀ ਤੁਸੀਂ ਆਪਣੇ ਸੈੱਟ ਦੇ ਅਕੋਰਡਿੰਗ ਸਾਰੀ ਆਨਸਰ ਕੀ ਨੂੰ ਚੈੱਕ ਕਰ ਸਕਦੇ ਹੋ ਜੋ 26 ਨੰਬਰ ਕੁਐਸਚਨ ਹੈ ਇਹਦਾ ਆਨਸਰ ਹੈ ਰਾਈਟ ਏ ਆਪਸ਼ਨ 6 ਸੈਕਿੰਡਸ ਨੈਕਸਟ ਕੁਐਸਚਨ ਹੈ ਆਪਣੇ ਕੋਲ 27 ਨੰਬਰ ਕੁਐਸਚਨ 27 ਨੰਬਰ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਡੀ ਆਪਸ਼ਨ 20 ਡੇਜ਼ ਬੀ ਦਿਨ ਇਹਦਾ ਬਿਲਕੁ ਨੈਕਸਟ ਕੁਐਸਚਨ ਹੈ ਆਪਣੇ ਕੋਲ 28 ਨੰਬਰ ਕੁਐਸਚਨ ਇਹ ਪਾਈਪਸ ਐਂਡ ਸਿਸਟਮ ਤੋਂ ਕੁਐਸਚਨ ਪੁੱਛਿਆ ਗਿਆ ਸੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ 3 ਸਹੀ 9/17 ਘੰਟੇ 3 ਸਹੀ 9/17 ਘੰਟੇ ਯਾਨੀ ਸੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 29 ਨੰਬਰ ਕੁਐਸਚਨ ਇਸ ਦੇ ਵਿੱਚ ਆਪਾਂ ਨੂੰ ਇੱਕ ਸਕੁਅਰ ਟਾਈਪ ਇੱਕ ਵਾਇਰ ਦਿੱਤੀ ਸੀ ਇਸ ਨੂੰ ਆਪਾਂ ਨੇ ਕਨਵਰਟ ਕਰਨਾ ਸੀ ਇੱਕ ਇਨਕਲੋਜ਼ ਏਰੀਆ ਫਾਈਂਡ ਕਰਨਾ ਸੀ ਇਸ ਦਾ ਸਰਕਲ ਦੀ ਫਾਰਮ ਦੇ ਵਿੱਚ ਕਨਵਰਟ ਕਰਨ ਤੋਂ ਬਾਅਦ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ 616 ਸੈਂਟੀਮੀਟਰ ਸਕੇਅਰ 616 cm2 ਨੈਕਸਟ ਕੁਐਸ਼ਨ ਹੈ ਆਪਣੇ ਕੋਲ 30 ਨੰਬਰ ਕੁਐਸ਼ਨ ਇਸ ਦੇ ਵਿੱਚ ਆਪਾਂ ਨੂੰ ਰੈਕਟੈਂਗੂਲਰ ਰੂਮ ਦਿੱਤਾ ਹੈ ਇਸ ਦੀ ਡਾਈਮੈਂਸ਼ਨ ਪਤਾ ਕਰਨੀ ਹੈ ਆਪਾਂ ਨੇ ਜਿਸ ਦੇ ਵਿੱਚ 4 ਮੀਟਰ ਐਡ ਕਰਨ ਤੋਂ ਬਾਅਦ ਰੇਸ਼ਿਓ ਦੁੱਤੀ ਹੈ ਔਰ 4 ਮੀਟਰ ਘਟਾਉਣ ਤੋਂ ਬਾਅਦ ਰੇਸ਼ਿਓ ਦੁੱਤੀ ਹੈ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਬੀ ਆਪਸ਼ਨ 12 ਮੀਟਰ ਐਂਡ 8 ਮੀਟਰ 12 ਮੀਟਰ ਐਂਡ 8 ਮੀਟਰ ਬੀ ਆਪਸ਼ਨ ਨੈਕਸਟ ਕੁਐਸ਼ਨ ਹੈ ਆਪਣੇ ਕੋਲ 31 ਨੰਬਰ ਕੁਐਸਚਨ ਇਸ ਦੇ ਵਿੱਚ 3 ਪਰਸੈਂਟਸ ਦੇ ਦੁਆਰਾ ਇਨਵੈਸਟਮੈਂਟ ਕੀਤੀ ਜਾਂਦੀ ਹੈ ਪੁੱਛਿਆ ਗਿਆ ਹੈ ਜੋ ਰਾਜਨ ਦਾ ਸ਼ੇਅਰ ਹੋਏਗਾ ਪ੍ਰੋਫਿਟ ਦੇ ਵਿੱਚ ਉਹ ਕਿੰਨਾ ਹੋਏਗਾ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ 50000 ਰੁਪਏ 50000 ਯਾਨੀ 50000 ਰੁਪਏ ਬਿਲਕੁਲ ਇਹਦਾ ਰਾਈਟ ਆਨਸਰ ਹੋ ਜਾਏਗਾ ਸੀ ਆਪਸ਼ਨ ਨੈਕਸਟ ਕੁਐਸਚਨ ਆਪਣੇ ਕੋਲ 32 ਨੰਬਰ ਕੁਐਸਚਨ 32 ਨੰਬਰ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਉਹ ਹੈ ਡੀ ਆਪਸ਼ਨ 20 20 ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਡੀ ਆਪਸ਼ਨ ਨੈਕਸਟ ਆਪਣੇ ਕੋਲ ਇੱਕ ਰੀਜ਼ਨਿੰਗ ਦਾ ਕੁਐਸਚਨ ਪੁੱਛਿਆ ਗਿਆ ਜੋ ਕਿ ਇੱਕ ਪਜ਼ਲ ਟਾਈਪ ਕੁਐਸਚਨ ਆਪਾਂ ਨੂੰ ਦਿੱਤਾ ਗਿਆ ਸੀ ਇਹ ਸਾਰੇ ਦੇ ਸਾਰੇ ਕੁਐਸਚਨ ਤੁਹਾਨੂੰ ਮੈਂ ਨੈਕਸਟ ਵਾਲੀ ਵੀਡੀਓ ਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਸੋਲਵ ਕਰਵਾਉਂਗਾ ਡਿਟੇਲ ਦੇ ਵਿੱਚ ਇਸ ਦੇ ਵਿੱਚ ਆਪਾਂ ਨੂੰ 33 ਤੋਂ ਲੈ ਕੇ 35 ਨੰਬਰ ਕੁਐਸਚਨ ਤੱਕ ਪੁੱਛੇ ਗਏ ਨੇ ਜੋ ਆਪਣੇ ਕੋਲ 33 ਨੰਬਰ ਕੁਐਸਚਨ ਹੈ ਪੁੱਛਿਆ ਗਿਆ ਇਸ ਦੇ ਵਿੱਚ ਸ਼ੈਲਾਜਾ ਜੋ ਹੈ ਇਹ ਕਿਸ ਕੰਪਨੀ ਦੇ ਵਿੱਚ ਇੰਟਰਵਿਊ ਦੇਗੀ ਇਸ ਦਾ ਰਾਈਟ ਆਨਸਰ ਹੈ ਸਹੀ ਆਪਸ਼ਨ ਡੀ ਡੀ ਕੰਪਨੀ ਦੇ ਵਿੱਚ ਇੰਟਰਵਿਊ ਦਿੱਤਾ ਜਾਏਗਾ ਸ਼ੈਲਾਜਾ ਦੇ ਦੁਆਰਾ ਨੈਕਸਟ ਕੁਐਸਚਨ ਹੈ ਪੈਨਲ 2 ਹੈ ਜਿਹੜਾ ਕੰਡਕਟ ਕਰਦਾ ਨੈਕਸਟ ਕੁਸ਼ਨ ਹੈ ਆਪਣੇ ਕੋਲ ਹੂ ਅਮੋਂਗ ਅਸ਼ਲਾ ਫੋਲੋਇੰਗ ਇਜ਼ ਇੰਟਰਵਿਊਡ ਫॉर ਕੰਪਨੀ ਜੀ ਜੀ ਕੰਪਨੀ ਦੀ ਇੰਟਰਵਿਊ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ ਇਸ ਦਾ ਆਨਸਰ ਹੈ ਬੀ ਆਪਸ਼ਨ ਦੈਟ ਇਜ਼ ਸੁਮੇਰ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਨੈਕਸਟ ਆਪਾਂ ਨੂੰ ਇੱਕ ਡਾਇਰੈਕਸ਼ਨ ਤੋਂ ਕੁਸ਼ਨ ਵੀ ਪੁੱਛਿਆ ਗਿਆ ਸੀ ਜਿਸ ਦੇ ਵਿੱਚ ਆਪਾਂ ਨੂੰ 36 ਤੋਂ ਲੈ ਕੇ 38 ਨੰਬਰ ਕੁਸ਼ਨ ਤੱਕ ਪੁੱਛੇ ਗਏ ਨੇ ਇਸ ਡਾਇਰੈਕਸ਼ਨਸ ਤੋਂ ਸਭ ਤੋਂ ਪਹਿਲਾਂ 36 ਨੰਬਰ ਕੁਸ਼ਨ ਹੂ ਇਜ਼ ਦਾ ਸੈਕੰਡ ਟੂ ਦਾ ਰਾਈਟ ਆਫ ਟੀ ਟੀ ਦੇ ਸੈਕੰਡ ਰਾਈਟ ਤੇ ਕੌਣ ਹੋਏਗਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਬਿਲਕੁਲ ਸੀ ਆਪਸ਼ਨ ਦੈਟ ਇਜ਼ ਐਮ ਨੈਕਸਟ ਕੁਐਸਚਨ ਪੁੱਛਿਆ ਗਿਆ ਆਪਣੇ ਕੋਲ 37 ਨੰਬਰ ਕੁਐਸਚਨ 37 ਨੰਬਰ ਕੁਐਸਚਨ ਦੇ ਵਿੱਚ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ ਡੀ ਆਪਸ਼ਨ ਕੇਡਬਲ ਕੇਡਬਲ ਬਿਲਕੁਲ ਇਹਦਾ ਰਾਈਟ ਆਨਸਰ ਹੋ ਜਾਏਗਾ ਡੀ ਆਪਸ਼ਨ ਨੈਕਸਟ ਕੁਐਸਚਨ ਪੁੱਛਿਆ ਗਿਆ 38 ਨੰਬਰ ਕੁਐਸਚਨ ਹੂ ਇਜ਼ ਸੈਟਿੰਗ ਟੂ ਦਾ ਇਮੀਡੀਏਟ ਲੈਫਟ ਆਫ ਆਰ ਯਾਨੀ ਆਰ ਦੇ ਇਮੀਡੀਏਟ ਲੈਫਟ ਤੇ ਪੁੱਛਿਆ ਗਿਆ ਕੌਣ ਹੈ ਇਸ ਦਾ ਆਨਸਰ ਹੈ ਏ ਆਪਸ਼ਨ ਦੈਟ ਇਜ਼ ਡਬਲ ਡਬਲ ਬਿਲਕੁਲ ਇਹਦਾ ਰਾਈਟ ਆਨਸਰ ਹੋ ਜਾਏਗਾ ਏ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 39 ਨੰਬਰ ਕੁਐਸਚਨ ਇੱਕ ਕੋਡ ਲੈਂਗੁਏਜ ਦੇ ਵਿੱਚ ਜਿਸ ਤਰ੍ਹਾਂ ਆਪਾਂ ਬ ਕੀ ਕਨਫਰਮ ਹੋ ਆਪਾਂ ਕੀ ਲਿਖਾਂਗੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਬੀ ਆਪਸ਼ਨ ਜੀ ਐਫ ਐਸ ਡੀ ਪੀਓ ਇਸ ਦਾ ਆਨਸਰ ਹੈ ਬੀ ਆਪਸ਼ਨ ਨੈਕਸਟ ਕੁਸ਼ਨ ਹੈ ਆਪਣੇ ਕੋਲ 40 ਨੰਬਰ ਕੁਐਸਚਨ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਸੀਰੀਜ਼ ਦੇ ਵਿੱਚ ਜੋ ਔਡ ਵਨ ਆਊਟ ਹੈ ਉਹ ਪੁੱਛਿਆ ਗਿਆ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ 34 25 ਇਹ ਕਿਵੇਂ ਹੋਏਗਾ ਬਾਕੀ ਸਾਰੇ ਡਿਜੀਟ ਨੇ ਇਹਨਾਂ ਨੂੰ ਐਡ ਕਰਕੇ ਦੇਖਣਾ ਸਾਰਿਆਂ ਦਾ ਆਨਸਰ ਸਾਰਿਆਂ ਦਾ ਜਿਹੜਾ ਟੋਟਲ ਬਣੇਗਾ ਸਮ ਬਣੇਗਾ ਉਹ 18 ਬਣੇਗਾ ਬਟ 34 25 ਦਾ ਜਿਹੜਾ ਸਮ ਬੰਦ ਹੈ ਉਹ ਕਿੰਨਾ ਬੰਦ ਹੈ ਦੈਟ ਇਜ਼ 14 ਜਦੋਂ ਆਪਾਂ ਸਾਰੇ ਡਿਜੀਟਸ ਨੂੰ ਐਡ ਕਰ ਦਾਂਗੇ ਇਸ ਦਾ ਆਨਸਰ ਹੈ ਆਪਣੇ ਕੋਲ ਏ ਆਪਸ਼ਨ दैट इज 3425 ਨੈਕਸਟ ਕੁਐਸਚਨ ਹੈ ਆਪਣੇ ਕੋਲ 41 ਨੰਬਰ ਕੁਐਸਚਨ 41 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਇੱਕ ਸੀਰੀਜ਼ ਦਿੱਤੀ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਇਸ 70 ਤੋਂ ਬਾਅਦ ਕੀ ਆਊਗਾ ਇਸ ਦਾ ਆਨਸਰ ਹੈ ਡੀ ਆਪਸ਼ਨ दैट इज 195 195 ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਆਪਣੇ ਕੋਲ 42 ਨੰਬਰ ਕੁਐਸਚਨ ਇਹ ਇੱਕ ਬੋਡਮਾਸ ਰਿਲੇਟਡ ਕੁਐਸਚਨ ਪੁੱਛਿਆ ਗਿਆ ਸੀ ਇਸ ਦੇ ਵਿੱਚ ਆਪਾਂ ਨੂੰ ਇਹ ਐਕਸਪ੍ਰੈਸ਼ਨ ਦਿੱਤਾ ਗਿਆ ਸੀ ਇਸ ਦਾ ਆਨਸਰ ਪੁੱਛਿਆ ਗਿਆ ਸੀ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ दैट इज 12 ਨੈਕਸਟ ਕੁਐਸਚਨ ਹੈ 43 ਨੰਬਰ ਕੁਐਸਚਨ 43 ਨੰਬਰ ਕੁਐਸਚਨ ਇੱਕ ਬਲੱਡ ਰਿਲੇਸ਼ਨ ਦਾ ਕੁਐਸਚਨ ਪੁੱਛਿਆ ਗਿਆ ਸੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਡੀ ਆਪਸ਼ਨ ਮੈਟਰਨਲ ਅੰਕਲ ਮੈਟਰਨਲ ਅੰਕਲ ਡੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੋ ਜੀਏਗਾ ਇਸ ਦਾ ਨੈਕਸਟ ਆਪਾਂ ਨੂੰ 44 ਤੋਂ ਲੈ ਕੇ 45 ਨੰਬਰ ਕੁਐਸਚਨ ਤੱਕ ਇੱਕ ਡਾਇਰੈਕਸ਼ਨ ਤੋਂ ਰਿਲੇਟਡ ਕੁਐਸਚਨ ਪੁੱਛਿਆ ਗਿਆ ਸੀ ਜਿਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਵਿਚ ਵਨ ਆਫ ਦਾ ਫੋਲੋਇੰਗ 3 ਪੁਆਇੰਟਸ ਆਰ ਇਨ ਅ ਸਟ੍ਰੇਟ ਲਾਈਨ ਯਾਨੀ ਤਿੰਨ ਕਿਹੜੇ ਪੁਆਇੰਟ ਨੇ ਜੋ ਕਿ ਸਟ੍ਰੇਟ ਲਾਈਨ ਦੇ ਵਿੱਚ ਨੇ ਇਸ ਦਾ ਆਨਸਰ ਹੈ ਸੀ ਨੈਕਸਟ ਆਪਣੇ ਨੂੰ ਪੁੱਛਿਆ ਗਿਆ 45 ਨੰਬਰ ਕੁਐਸਚਨ ਪੁਆਇੰਟ ਏ ਹੈ ਜਿਹੜਾ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਹੈ ਸੀ ਤੋਂ ਇਸ ਦਾ ਰਾਈਟ ਆਨਸਰ ਹੈ ਆਪਣਾ ਏ ਆਪਸ਼ਨ ਥੈਟ ਇਜ਼ ਈਸਟ ਈਸਟ ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਆਪਣੇ ਕੋਲ 46 ਨੰਬਰ ਕੁਐਸਚਨ ਅਗਰ ਇੱਕ ਜਨ ਵੀ 2007 ਨੂੰ ਮੰਡੇ ਆ ਤਾਂ ਪੁੱਛਿਆ ਗਿਆ ਇੱਕ ਜਨ ਵੀ 2008 ਨੂੰ ਕੀ ਹੋਏਗਾ ਤੁਹਾਨੂੰ ਪਤਾ ਹੈ ਅਗਲੇ ਦਿਨ ਕੀ ਹੋਏਗਾ ਥੈਟ ਇਜ਼ ਟਿਊਜ਼ਡੇ ਆਨਸਰ ਬਣ ਜਾਏਗਾ ਸੀ ਆਪਸ਼ਨ ਥੈਟ ਇਜ਼ ਟਿਊਜ਼ਡੇ ਮੰਗਲਵਾਰ Next ਆਪਣੇ ਕੋਲ 47 ਨੰਬਰ ਕੁਐਸਚਨ ਇਸ ਦੇ ਵਿੱਚ ਪੁੱਛਿਆ ਗਿਆ ਜਿਸ ਤਰ੍ਹਾਂ ਈਗਲ ਕਲੌਨ ਨਾਲ ਐਸੋਸੀਏਟ ਹੈ ਇਸੇ ਤਰ੍ਹਾਂ ਹORS ਨਾਲ ਕਿਸ ਚੀਜ਼ ਨੂੰ ਐਸੋਸੀਏਟ ਕਰਾਂਗੇ ਆਪਾਂ ਇਸ ਦਾ ਰਾਈਟ ਆਨਸਰ ਬਣੂ ਆਪਣਾ दैट इज ਬੀ ਆਪਸ਼ਨ ਹੂਫ ਹੂਫ ਇਹਦਾ ਬਿਲਕੁਲ ਰਾਈਟ ਆਨਸਰ ਹੋ ਗਿਆ ਬੀ ਆਪਸ਼ਨ दैट इज ਹੂਫ ਨੈਕਸਟ ਆਪਾਂ ਨੂੰ ਇੱਕ ਮਿਸਿੰਗ ਟਰਮ ਦਾ ਕੁਐਸਚਨ ਪੁੱਛਿਆ ਗਿਆ ਸੀ ਇਸ ਦੇ ਵਿੱਚ ਕੁਐਸਚਨ ਮਾਰਕ ਦੀ ਜਾਈਗਾ ਪੁੱਛਿਆ ਗਿਆ ਆਪਾਂ ਨੂੰ ਕੀ ਆਏਗਾ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਡੀ ਆਪਸ਼ਨ दैट इज 2.6 2.6 ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਨੈਕਸਟ ਆਪਾਂ ਨੂੰ ਇੱਕ ਕੋਡਿੰਗ ਡੀਕੋਡਿੰਗ ਦਾ ਕੁਐਸਚਨ ਪੁੱਛਿਆ ਗਿਆ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਪੀ ਏ ਈ ਜੋ ਹੈ ਯਾਨੀ ਪੇ ਜੋ ਹੈ ਇਹ ਕਿਸ ਕੋਡ ਨੂੰ ਰਿਪਰੈਜ਼ੈਂਟ ਕਰਦਾ ਹੈ ਇਸ ਦਾ ਆਨਸਰ ਹੈ ਆਪਣੇ ਕੋਲ दैट इज ਅ ਸੀ ਜਿਹਦਾ ਆਨਸਰ ਬਣੇਗਾ ਆਪਣੇ ਕੋਲ ਸੀ ਆਪਸ਼ਨ ਰਾਕਟ ਇਸ ਦਾ ਆਨਸਰ ਹੈ ਸੀ ਆਪਸ਼ਨ ਰਾਕਟ ਨੈਕਸਟ ਆਪਾਂ ਨੂੰ 50 ਤੋਂ ਲੈ ਕੇ 52 ਨੰਬਰ ਕੁਐਸਚਨ ਤੱਕ ਇੰਗਲਿਸ਼ ਕੰਪਰੀਹੈਂਸ਼ਨ ਦਾ ਕੁਐਸਚਨ ਪੁੱਛਿਆ ਗਿਆ ਸੀ ਸਭ ਤੋਂ ਪਹਿਲਾਂ ਆਪਣੇ ਕੋਲ 50 ਨੰਬਰ ਕੁਐਸਚਨ 50 ਨੰਬਰ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਬੀ ਆਪਸ਼ਨ ਸਪੇਨ ਵਾਸ ਅਕੂਪਾਈਡ ਬਾਈ ਦਾ ਫ੍ਰੈਂਚ ਸਪੇਨ ਵਾਸ ਅਕੂਪ ਨੈਕਸਟ ਕੁਐਸਚਨ ਹੈ 51 ਨੰਬਰ ਕੁਐਸਚਨ ਇਸ ਦੇ ਵਿੱਚ ਕੁਲਮੀਨੇਟ ਜੋ ਹੈ ਇਸ ਦਾ मीनिंग ਆਪਾਂ ਨੂੰ ਅਰਥ ਪੁੱਛਿਆ ਗਿਆ ਸੀ ਇਸ ਦਾ ਆਨਸਰ ਹੈ ਦੈਟ ਇਜ਼ ਡੀ ਆਪਸ਼ਨ ਟੂ ਰੀਚ ਆ ਫਾਈਨਲ ਰਿਜ਼ਲਟ ਟੂ ਰੀਚ ਆ ਫਾਈਨਲ ਰਿਜ਼ਲਟ ਨੈਕਸਟ ਕੁਐਸਚਨ ਹੈ 52 ਨੰਬਰ ਕੁਐਸਚਨ ਇਸ ਦੇ ਵਿੱਚ ਪੁੱਛਿਆ ਗਿਆ ਹੈ 17ਵੀਂ ਸੈਂਚਰੀ ਦੇ ਬਾਅਦ ਕੀ ਵਾਪਰਿਆ ਸੀ ਇਸ ਦਾ ਆਨਸਰ ਹੈ ਦੈਟ ਇਜ਼ ਸੀ ਆਪਸ਼ਨ ਪਾਵਰ ਸਟੇਟਲੀ ਡਿਕਲਾਈਨਡ ਅੰਡਰ ਹब्सਬਰਗ ਰੈਜਾਈਮ ਇਸ ਦਾ ਆਨਸਰ ਹੈ ਆਪਣਾ ਸੀ ਆਪਸ਼ਨ ਨੈਕਸਟ ਆਪਨੂੰ ਇੱਕ ਹੋਰ ਪੈਰਾਗ੍ਰਾਫ ਦਿੱਤਾ ਗਿਆ 53 ਤੋਂ ਲੈ ਕੇ 54 ਨੰਬਰ ਕੁਐਸਚਨ ਤੱਕ 53 ਨੰਬਰ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਡੀ ਆਪਸ਼ਨ ਥੈਟ ਇਜ਼ ਹਿਸਟਰੀ ਹਿਸਟਰੀ ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਡੀ ਆਪਸ਼ਨ ਨੈਕਸਟ ਆਪਨੂੰ ਪੁੱਛਿਆ ਗਿਆ ਹੈ ਦਾ ਕੈਰੈਕਟਰ ਆਫ ਅ ਨੇਸ਼ਨ ਇਜ਼ ਦਾ ਰਿਜ਼ਲਟ ਆਫ ਵਿਚ ਆਫ ਦਾ ਫੋਲੋਇੰਗ ਚੌਨਜਾ ਨੰਬਰ ਦਾ ਜੋ ਰਾਈਟ ਆਨਸਰ ਹੈ ਆਪਣਾ ਕੁਐਸਚਨ ਦਾ ਉਹ ਹੈ ਏ ਆਪਸ਼ਨ ਸੋਸ਼ਲ ਪੋਲੀਟੀਕਲ ਕੰਡੀਸ਼ਨਸ ਸੋਸ਼ਲ ਪੋਲੀਟੀਕਲ ਕੰਡੀਸ਼ਨਸ ਨੈਕਸਟ ਕੁਐਸਚਨ ਹੈ 55 ਨੰਬਰ ਕੁਐਸਚਨ ਦਾ ਨੀਡ ਫਾਰ ਅ ਗ੍ਰੇਟਰ ਅੰਡ ਨੈਕਸਟ ਕੁਐਸਚਨ ਆਪਣੇ ਕੋਲ ਇੱਕ ਮੈਥ ਲੈਟਰ ਕੁਐਸਚਨ ਪੁੱਛਿਆ ਗਿਆ ਸੀ 56 ਨੰਬਰ ਕੁਐਸਚਨ ਇਸ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ 0.25 ਮੀਟਰ 0.25 ਮੀਟਰ ਹੈ ਇਹਦਾ ਇਹਦਾ ਬਿਲਕੁਲ ਰਾਈਟ ਆਨਸਰ ਆਪਣਾ ਹੋ ਜਾਏਗਾ ਨੈਕਸਟ ਕੁਐਸਚਨ ਹੈ ਆਪਣੇ ਕੋਲ 57 ਨੰਬਰ ਕੁਐਸਚਨ ਐਲਸੀਐਮ ਐਚसीएफ ਤੋਂ ਕੁਐਸਚਨ ਪੁੱਛਿਆ ਗਿਆ ਸੀ ਇਹ ਜੋ 57 ਨੰਬਰ ਕੁਐਸਚਨ ਹੈ ਇਸ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ ਬੀ ਆਪਸ਼ਨ 138 ਕਿਉਂਕਿ ਇਹਨਾਂ ਨੇ ਪੁੱਛਿਆ ਆਪਾਂ ਨੂੰ ਲਾਰਜੈਸਟ ਨੰਬਰ ਲਾਰਜੈਸਟ ਨੰਬਰ ਕਿਹੜਾ ਹੋਏਗਾ ਜੋ ਕਿ 6 ਨਾਲ ਮਲਟੀਪਲਾਈ ਹੋਏਗਾ 1 ਰੇਸ਼ੋ 6 ਦਿੱਤਾ ਹੈ ਇੱਥੇ ਜੇ ਤੁਹਾਨੂੰ ਆਪਾਂ 23 ਨੂੰ ਮਲਟੀਪਲਾਈ ਕਰਾਂਗੇ 6 ਦੇ ਨਾਲ ਤਾਂ ਆਪਣਾ ਆਨਸਰ ਬਣ ਜਾਊਗਾ ਦੈਟ ਇਜ਼ 138 ਬੀ ਆਪਸ਼ਨ ਨੈਕਸਟ ਆਪਾਂ ਨੂੰ ਇੱਕ 100 ਨੈਕਸਟ ਆਪਣਾ 52 ਨੰਬਰ ਕੁਐਸਚਨ ਆਇਆ ਦਾ ਇਹਦਾ ਜੋ ਰਾਈਟ ਆਨਸਰ ਆਪਣੇ ਕੋਲ ਉਹ ਹੈ ਦੈਟ ਇਜ਼ ਏ ਆਪਸ਼ਨ 36 ਛਤੀ ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਡੀ ਆਪਸ਼ਨਲ ਨੈਕਸਟ ਆਪਾਂ ਨੂੰ ਇੱਕ 59 ਨੰਬਰ ਕੁਐਸਚਨ ਦਿੱਤਾ ਗਿਆ ਹੈ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਇਹਨੂੰ ਆਪਾਂ ਜਦੋਂ ਐਡ ਕਰਾਂਗੇ ਤਾਂ ਰਿਜ਼ਲਟ ਕੀ ਮਿਲੇਗਾ ਆਪਾਂ ਨੂੰ ਇਹਦਾ ਰਿਜ਼ਲਟ ਮਿਲੇਗਾ ਆਪਾਂ ਨੂੰ ਦੈਟ ਇਜ਼ ਅ ਡੀ ਆਪਸ਼ਨ 1 1 ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਨੈਕਸਟ ਆਪਣੇ ਕੋਲ ਕੁਐਸਚਨ ਹੈ 60 ਨੰਬਰ 60ਥ ਨੰਬਰ ਕੁਐਸਚਨ ਹੈ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਇੱਕ ਬੁੱਕ ਹੈ ਜਿਹੜੀ ਪਰਚੇਸ ਕੀਤੀ ਜਾਂਦੀ ਹੈ ਕਿਸੇ ਪਰਸਨ ਦੇ ਦੁਆਰਾ ਫਿਰ ਅੱਗੇ ਸੇਲ ਕੀਤੀ ਜਾਂਦੀ ਹੈ ਪ੍ਰੋਫਿਟ ਲੌਸ ਦਾ ਕੁਐਸਚਨ ਪੁੱਛਿਆ ਗਿਆ ਯਾਨੀ ਇਸ ਦਾ ਜੋ ਰਾਈਟ ਨੈਕਸਟ ਆਪਣੇ ਕੋਲ 61ਸਟ ਨੰਬਰ ਕੁਐਸਚਨ 61 ਨੰਬਰ ਕੁਐਸਚਨ ਇਸ ਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਇੱਕ ਮੈਨੂਫੈਕਚਰ ਹੈ ਜਿਸ ਦੇ ਦੌਰਾਨ 2000 ਪੀਸਸ ਨੇੜੇ ਹੋ ਪ੍ਰੋਡਿਊਸ ਕੀਤੇ ਜਾਂਦੇ ਨੇ ਇਸ ਦੇ ਰਿਲੇਟਡ ਕੁਐਸਚਨ ਪੁੱਛਿਆ ਗਿਆ ਆਪਾਂ ਨੂੰ ਪੁੱਛਿਆ ਗਿਆ ਲਾਸ ਕਿੰਨੇ ਦਾ ਹੋਏਗਾ ਇਸ ਦੇ ਵਿੱਚ ਲਾਸ ਹੋਏਗਾ ਥੈਟ ਇਜ਼ ਬੀ ਆਪਸ਼ਨ 13000 ਰੁਪਏ ਦਾ ਇਸ ਦਾ ਅਨਸਰ ਹੈ ਬੀ ਆਪਸ਼ਨ 13000 ਨੈਕਸਟ ਆਪਾਂ ਨੂੰ ਇੱਕ ਟ੍ਰੇਨ ਰਿਲੇਟਡ ਕੁਐਸਚਨ ਵੀ ਪੁੱਛਿਆ ਗਿਆ ਜਿਸ ਦੇ ਵਿੱਚ ਸੀਰੀਜ਼ ਵਗੈਰਾ ਦਾ ਆਪਾਂ ਨੂੰ ਕ੍ਰਾਈਟੇਰੀਆ ਵਗੈਰਾ ਦਿੱਤਾ ਹੋਇਆ ਡੀਟੇਲ ਦਿੱਤੀ ਹੋਈ ਹੈ ਇਸ ਦਾ ਜੋ ਰਾਈਟ ਅਨਸਰ ਨੂੰ ਆਪਣਾ ਉਹ ਬਣੇਗਾ ਨੈਕਸਟ ਕੁਐਸਚਨ ਆਪਣੇ ਕੋਲ 63 ਨੰਬਰ ਕੁਐਸਚਨ ਇਸ ਦੇ ਵਿੱਚ 35% ਮਨੀ ਹੈ ਜਿਹੜੀ ਮਸ਼ੀਨਰੀ ਤੇ ਐਕਸਪੈਂਡ ਕੀਤੀ ਜਾਂਦੀ ਹੈ ਖਰਚਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਾਰੀ ਆਪਾਂ ਨੂੰ ਡਿਟੇਲ ਦਿੱਤੀ ਗਈ ਹੈ ਇਸ ਦਾ ਜੋ ਰਾਈਟ ਆਨਸਰ ਆਪਾਂ ਨੂੰ ਪੁੱਛਿਆ ਗਿਆ ਹੈ ਜੋ ਵਟ ਵੁੱਡ ਬੀ ਦਾ ਟੋਟਲ ਅਮਾਉਂਟ ਆਫ ਮਨੀ ਟੋਟਲ ਅਮਾਉਂਟ ਆਫ ਮਨੀ ਪੁੱਛਿਆ ਗਿਆ ਕਿੰਨੀ ਹੈ ਇਹਦੀ ਟੋਟਲ ਅਮਾਉਂਟ ਆਫ ਮਨੀ ਹੈ ਜਿਹੜੀ ਉਹ ਕਿੰਨੀ ਆਪਣੇ ਕੋਲ 3 ਲੱਖ ਰੁਪਇਆ ਇਹਦਾ ਆਨਸਰ ਬਣ ਜੂ ਆਪਣਾ ਡੀ ਆਪਸ਼ਨ ਦੈਟ ਇਜ਼ 3 ਲੱਖ ਰੁਪਇਆ ਇੱਕ ਐਵਰੇਜ ਰਿਲੇਟਡ ਕੁਐਸਚਨ ਵੀ ਪੁੱਛਿਆ ਗਿਆ ਸੀ ਇਸ ਦਾ ਜੋ ਰਾਈਟ ਆਨਸਰ ਆਪਣਾ ਉਹ ਹੈ ਬੀ ਆਪਸ਼ਨ 2:3 2:3 ਹੈ ਜਿਹੜੀ ਇਹਦੇ ਆਪਾਂ ਨੂੰ ਰੇਸ਼ੋ ਪੁੱਛਿਆ ਸੀ ਇਸ ਦਾ ਰਾਈਟ ਆਨਸਰ ਬਣ ਜਾਉ ਆਪਣਾ 2:3 ਬੀ ਆਪਸ਼ਨ ਨੈਕਸਟ ਕੁਸ਼ਚਨ ਹੈ ਆਪਣੇ ਕੋਲ 65 ਨੰਬਰ ਕੁਸ਼ਚਨ 65 ਨੰਬਰ ਕੁਸ਼ਚਨ ਅਗੇਨ ਇੱਕ ਐਵਰੇਜ ਦਾ ਕੁਸ਼ਚਨ ਪੁੱਛਿਆ ਗਿਆ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ दैट इज 60 60 ਸੀ ਆਪਸ਼ਨ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੋ ਕਰੰਟ ਅਫੇਅਰ ਤੇ ਜਨਰਲ ਨੌਲੇਜ ਦੇ ਕੁਐਸਚਨ ਪੁੱਛੇ ਗਏ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਕੀ ਕੁਝ ਪੁੱਛਿਆ ਗਿਆ ਸਭ ਤੋਂ ਪਹਿਲਾਂ ਆਪਣੇ ਕੋਲ 64 ਨੰਬਰ ਕੁਐਸਚਨ ਮੋਗਲ ਐਂਪਾਇਰ ਜੋ ਹੈ ਮੋਗਲ Empire of India ਦੇ ਵਿੱਚ ਇਸ ਨੂੰ ਫਾਊਂਡ ਕਿਸ ਨੇ ਕੀਤਾ ਸੀ ਇਸ ਨੂੰ ਫਾਊਂਡ ਕੀਤਾ ਸੀ ਇੰਡੀਆ ਦੇ ਵਿੱਚ ਬਾਬਰ ਨੇ ਬਾਬਰ ਨੇ ਫਾਊਂਡ ਕੀਤਾ ਸੀ ਜੋ ਮੋਗਲ ਐਂਪਾਇਰ ਇੰਡੀਆ ਦੇ ਵਿੱਚ ਫਾਊਂਡ ਫਾਊਂਡ ਹੋਇਆ ਸੀ ਠੀਕ ਹੈ ਮੋਗਲ ਐਂਪੀਰ ਸੀ ਬਾਬਰ ਨੈਕਸਟ ਕੁਐਸਚਨ ਆਪਣੇ ਕੋਲ 67 ਨੰਬਰ ਕੁਐਸਚਨ ਇਸ ਦੇ ਵਿੱਚ ਪੁੱਛਿਆ ਗਿਆ ਪਹਿਲੀ ਮਹਿਲਾ ਜੋ ਚੀਫ ਮਿਨਿਸਟਰ ਬਣੀ ਸੀ ਮੁੱਖ ਮੰਤਰੀ ਬਣੀ ਸੀ ਇੰਡੀਪੈਂ ਸੁਚੇਤਾ ਕਿਰਪਲਾਨੀ ਕਿੱਥੋਂ ਬਣੀ ਸੀ ਯੂਪੀ ਤੋਂ ਇਸ ਦਾ ਆਨਸਰ ਹੈ ਆਪਸ਼ਨ ਸੁਚੇਤਾ ਕਿਰਪਲਾਨੀ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ 68 ਨੰਬਰ ਕੁਐਸਚਨ ਆਇਰਨ ਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ ਆਇਰਨ ਮੈਨ ਆਫ ਇੰਡੀਆ ਕਿਹਾ ਜਾਂਦਾ ਸਰਦਾਰ ਬੱਲਭ ਭਾਈ ਪਟੇਲ ਨੂੰ ਸਰਦਾਰ ਬੱਲਭ ਭਾਈ ਪਟੇਲ ਜੋ ਜਿਨ੍ਹਾਂ ਦੇ ਬਰਥਡੇ ਉੱਪਰ ਮਨਾਇਆ ਜਾਂਦਾ ਹੈ ਨੈਸ਼ਨਲ ਯੂਨਿਟੀ ਡੇ ਯਾਦ ਰੱਖਣਾ ਹੈ 31 ਅਕਤੂਬਰ ਨੂੰ ਠੀਕ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਆਇਰਨ ਮੈਨ ਆਫ ਇੰਡੀਆ ਸਰਦਾਰ ਬੱਲਭ ਭਾਈ ਪਟੇਲ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਵੈਨ ਦਾ ਫਸਟ ਨਿਊਕਲੀਅਰ ਟੈਸਟ ਯਾਨੀ ਪਹਿਲੀ ਵਾਰ ਨਿਊਕਲੀਅਰ ਟੈਸਟ ਕੀਤਾ ਗਿਆ ਸੀ ਪੋਖਰਨ ਰਾਜਸਥਾਨ ਦੇ ਵਿੱਚ ਕਦੋਂ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ 18 ਮਈ 1974 ਨੂੰ 18 ਮਈ 1974 ਦੇ ਵਿੱਚ ਪਹਿਲੀ ਵਾਰ ਇੰਡੀਆ ਦੇ ਦੁਆਰਾ ਨਿਊਕਲੀਅਰ ਟੈਸਟ ਕੀਤਾ ਗਿਆ ਸੀ ਪੋਖਰਨ ਕਿੱਥੇ ਹੈ ਰਾਜਸਥਾਨ ਦੇ ਵਿੱਚ ਇਸ ਦਾ ਆਨਸਰ ਹੈ B ਆਪਸ਼ਨ 18 ਮਈ 1974 ਇੱਕ ਕੁਐਸਚਨ ਪੁੱਛਿਆ ਗਿਆ ਹੈ ਆ ਫੋਕ ਡਾਂਸਰ ਤੋਂ ਪੁੱਛਿਆ ਗਿਆ ਕਿਹੜੀ ਸਟੇਟ ਤੋਂ ਹੈ ਤੇਰਾ ਟਾਲੀ ਤੇਰਾ ਟਾਲੀ ਜੋ ਹੈ ਇਹ ਫੋਕ ਡਾਂਸ ਹੈ ਮਧੇਪਰਦੇਸ਼ ਦਾ ਇਸ ਦਾ ਅਨਸਰ ਹੈ ਆਪਣਾ ਡੀ ਆਪਸ਼ਨ दैट इज ਮਧੇਪਰਦੇਸ਼ ਨੈਕਸਟ ਕੁਐਸਚਨ ਪੁੱਛਿਆ ਗਿਆ ਕਿਹੜੇ ਸਿੱਖ ਗੁਰੂ ਸੀ ਜਿਨ੍ਹਾਂ ਦੇ ਦੁਆਰਾ ਹੈਲਪ ਕੀਤੀ ਗਈ ਸੀ ਪ੍ਰਿੰਸ ਖੁਸਰੋ ਦੀ ਵਿਦ ਮਨੀ ਐਂਡ ਬਲੇਸਿੰਗਸ ਇਸ ਦਾ ਅਨਸਰ ਬਣੇਗਾ ਸੀ ਆਪਸ਼ਨ दैट इज ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਸੀ ਜੋ ਸਿੱਖਾਂ ਦੇ ਗੁਰੂ ਸੀ ਜੋ ਇਹਨਾਂ ਦੇ ਦੁਆਰਾ ਹੈਲਪ ਕੀਤੀ ਗਈ ਸੀ ਪ੍ਰਿੰਸ ਖੁਸਰੋ ਦੀ ਵਿਦ ਮਨੀ ਐਂਡ ਬਲੇਸਿੰਗਸ ਇਸ ਦਾ ਅਨਸਰ ਹੈ ਸੀ ਆਪਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਨੈਕਸਟ ਕੁਐਸ ਪਰਲ ਹਾਰਬਰ ਜੋ ਹੈ ਅਨ ਅਮਰੀਕਨ ਨੇਵਲ ਜਿਸ ਦੇ ਵਿੱਚ ਅਮਰੀਕਨ ਨੇਵਲ ਦੇ ਦੁਆਰਾ ਅਟੈਕ ਕੀਤਾ ਗਿਆ ਸੀ ਇਹ ਕਿਹੜੇ ਦੇਸ਼ ਦੇ ਵਿੱਚ ਲੋਕੇਡ ਹੈ ਪਰਲ ਹਾਰਬਰ ਜੋ ਹੈ ਇਹ ਜਾਪਾਨ ਦੇ ਵਿੱਚ ਲੋਕੇਟਡ ਹੈ ਇਸ ਦਾ ਆਨਸਰ ਹੈ ਬੀ ਆਪਸ਼ਨ ਥੈਟ ਇਜ਼ ਜਾਪਾਨ ਨੈਕਸਟ ਕੁਐਸਚਨ ਪੁੱਛਿਆ ਗਿਆ ਸੀ 73 ਨੰਬਰ ਕੁਐਸਚਨ ਕਿਹੜੇ ਦੋ ਕੰਟਰੀਜ਼ ਨੇ ਜਿਨ੍ਹਾਂ ਨੇ ਡਿਕਲੇਅਰ ਕੀਤਾ ਗਿਆ ਸੀ ਜਰਮਨੀ ਦੇ ਅਗੇਂਸਟ ਆ ਔਨ ਅ ਜਰਮਨੀ ਵਰਲਡ ਵਾਰ 2 ਦੇ ਵਿੱਚ ਵਰਲਡ ਵਾਰ 2 ਹੋਈ ਸੀ ਇਹ ਵਰਲਡ ਵਾਰ 2 ਉਸ ਦੇ ਵਿੱਚ ਕਿਹੜੇ ਦੋਸ਼ ਦੇ ਸੀ ਜਿਨ੍ਹਾਂ ਦੇ ਦੁਆਰਾ ਡਿਕਲੇਅਰ ਕੀਤਾ ਗਿਆ ਸੀ ਏਸੀ ਬ੍ਰਿਟੇਨ ਐਂਡ ਫਰਾਂਸ ਬ੍ਰਿਟੇਨ ਐਂਡ ਫਰਾਂਸ ਹੀ ਜਿਹੜਾ ਇਹਨਾਂ ਦੇ ਦੁਆਰਾ ਡਿਕਲੇਅਰ ਕੀਤਾ ਗਿਆ ਸੀ ਆ ਜਰਮਨੀ ਦੇ ਅਗੇਂਸਟ ਵਰਲਡ ਵਾਰ 2 ਦੇ ਵਿੱਚ ਠੀਕ ਹੈ ਇਹਦਾ ਆਨਸਰ ਹੈ ਡੀ ਆਪਸ਼ਨ ਬ੍ਰਿਟੇਨ ਐਂਡ ਫਰਾਂਸ ਨੈਕਸਟ ਆਪਾਂ ਨੂੰ 73 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਇਸ ਦੇ ਵਿੱਚ ਆਪਾਂ ਨੂੰ ਸਾਰੇ ਪਲੈਨਟਸ ਵਗੈਰਾ ਦਿੱਤੇ ਗਏ ਸੀ ਇਹਨਾਂ ਨੂੰ ਆਪਾਂ ਨੇ ਅਰੇਂਜ ਕਰਨਾ ਸੀ ਅਕੋਰਡਿੰਗ ਟੂ ਸਾਈਜ਼ ਇਸ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ ਵੀ ਆਪਸ਼ਨ ਮਰਕਰੀ ਆਏਗਾ ਮਰਕਰੀ ਸਭ ਤੋਂ ਛੋਟਾ ਪਲੈਨਟ ਹੁੰਦਾ ਤਾਂ ਉਹਨੂੰ ਪਤਾ ਹੈ ਉਸ ਤੋਂ ਬਾਅਦ Mars ਐਂਡ ਨੈਕਸਟ ਹੈ Venus Earth ਅਤੇ ਉਸ ਤੋਂ ਬਾਅਦ ਨੈਕਸਟ ਹੈ Jupiter ਇਸ ਦਾ ਆਨਸਰ ਬਣੂ ਆਪਣਾ ਵੀ ਆਪਸ਼ਨ ਮਰਕਰੀ Mars Venus Earth ਐਂਡ Jupiter ਨੈਕਸਟ ਕੁਐਸਚਨ ਹੈ 75 ਨੰਬਰ ਕੁਐਸ ਟ੍ਰੋਪਿਕ ਆਫ ਕੈਂਸਰ ਇਕਲਾਈਨ ਹੈ ਜੋ ਕਿ ਆਪਣੇ ਇੰਡੀਆ ਦੀ 8 ਸਟੇਟਾਂ ਦੇ ਵਿੱਚੋਂ ਪਾਸ ਹੋ ਕੇ ਜਾਂਦੀ ਹੈ ਪੁੱਛਿਆ ਗਿਆ ਕਿਹੜੇ ਦੇਸ਼ ਦੇ ਵਿੱਚੋਂ ਪਾਸ ਹੋ ਕੇ ਨਹੀਂ ਜਾਂਦੀ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇਹ A ਆਪਸ਼ਨ ਪਾਕਿਸਤਾਨ ਪਾਕਿਸਤਾਨ ਦੇ ਵਿੱਚੋਂ ਪਾਸ ਹੋ ਕੇ ਨਹੀਂ ਜਾਂਦੀ ਟ੍ਰੋਪਿਕ ਆਫ ਕੈਂਸਰ ਬਾਕੀ ਤਿੰਨਾਂ ਦੇਸ਼ਾਂ ਦੇ ਵਿੱਚੋਂ ਪਾਸ ਹੋ ਕੇ ਜਾਂਦੀ ਹੈ ਟ੍ਰੋਪਿਕ ਆਫ ਕੈਂਸਰ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਮੈਚ ਕਰਨਾ ਹੈ ਆਪਾਂ ਨੂੰ ਇਸ ਤਰਫ ਆਪਾਂ ਨੂੰ ਡੇਜ਼ਰਟ ਦਿੱਤੇ ਨੇ ਤੇ ਆਪਾਂ ਨੂੰ ਰਾਈਟ ਸਾਈਡ ਦਿੱਤੀ ਹੈ ਇਹਨਾਂ ਦੀ ਲੋਕੇਸ਼ਨ ਕਿੱਥੇ ਕਿੱਥੇ ਇਹ ਡੇਜ਼ਰਟ ਲੋਕੇਟ ਹੋ ਨੇ ਇਸ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ B ਆਪਸ਼ਨ ਯਾਨੀ ਕਲਹਾਰੀ ਜੋ ਡੇਜ਼ਰਟ ਹੈ ਇਹ ਕਿੱਥੇ ਲੋਕੇਟਡ ਹੈ ਇਹ ਲੋਕੇਟਡ ਹੈ ਅਫਰੀਕਾ ਦੇ ਵਿੱਚ ਨੈਕਸਟ ਹੈ ਆਟਾਕਾਮ ਆਟਾਕਾਮ ਕਿੱਥੇ ਲੋਕੇਟਡ ਹੈ ਸਾਊਥ ਅਮਰੀਕਾ ਦੇ ਵਿੱਚ ਥਰਡ ਡੇਜ਼ਰਟ ਕਿੱਥੇ ਹੈ ਇਹ ਏਸ਼ੀਆ ਦੇ ਵਿੱਚ ਤੇ ਲਾਸਟ ਹੈ ਆਪਣੇ ਕੋਲ ਗ੍ਰੇਟ ਵਿਕਟੋਰੀਆ ਗ੍ਰੇਟ ਵਿਕਟੋਰੀਆ ਲੋਕੇਟਡ ਹੈ ਆਪਣੇ ਕੋਲ ਆਸਟ੍ਰੇਲੀਆ ਜੋ ਆਪਣੇ ਕੋਲ ਲੋਕੇਸ਼ਨ ਹੈ ਕੰਟੀਨੈਂਟ ਦੀ ਇਸ ਦਾ ਆਨਸਰ ਹੈ ਆਪਣਾ ਬੀ ਆਪਸ਼ਨ ਨੈਕਸਟ ਆਪ ਨੂੰ ਪੁੱਛਿਆ ਗਿਆ ਜੋ ਇੰਡੀਆ ਦਾ ਸਭ ਤੋਂ ਵੱਡਾ ਲਾਰਜੈਸਟ ਡੈਲਟਾ ਹੈ ਉਹ ਕਿਹੜਾ ਹੈ ਉਹ ਹੈ ਸੁੰਦਰਬਨ ਡੈਲਟਾ ਇਹ ਬਣਾਉਂਦਾ ਹੈ ਡੈਲਟਾ ਆਫ ਗੰਗਾ ਬ੍ਰਹਮਪੁੱਤਰਾ ਰਿਵਰ ਯਾਨੀ ਗੰਗਾ ਤੇ ਬ੍ਰਹਮਪੁੱਤਰਾ ਰਿਵਰ ਨੇ ਜਿਹੜੀਆਂ ਇਹ ਡੈਲਟਾ ਬਣਾਉਂਦੀਆਂ ਨੇ ਜਿਸ ਦਾ ਨਾਮ ਹੈ ਸੁੰਦਰਬਨ ਡੈਲਟਾ ਇਹ ਲਾਰਜੈਸਟ ਡੈਲਟਾ ਇੰਡੀਆ ਦਾ ਇਸ ਦਾ ਆਨਸਰ ਹੈ ਏ ਆਪਸ਼ਨ ਡੈਲਟਾ ਆਫ ਗੰਗਾ ਬ੍ਰਹਮਪੁੱਤਰਾ ਰਿਵਰ ਐਸ ਵਲ ਪੁੱਛਿਆ ਗਿਆ ਕਿਸ ਦੀ ਰਾਜਸਤਾਨੀ ਤੁਹਾਨੂੰ ਸਭ ਨੂੰ ਪਤਾ ਹੋਏਗਾ ਮਿਜ਼ੋਰਮ ਦੀ ਇਸ ਦਾ ਆਨਸਰ ਹੈ ਡੀ ਆਪਸ਼ਨ ਮਿਜ਼ੋਰਮ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਹਿਊਮਿਡਿਟੀ ਜਿਹੜੀ ਹੁੰਦੀ ਹੈ ਹਿਊਮਿਡਿਟੀ ਯਾਨੀ ਹਵਾ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਇਸ ਨੂੰ ਮੈਜ਼ਰ ਕਰਨ ਦੇ ਲਈ ਕਿਹੜਾ ਇਨਸਟਰੂਮੈਂਟ ਯ ਹਿਯੂਮਿਡਿਟੀ ਨੂੰ ਮੈਜ਼ਰ ਕਰਨ ਦੇ ਲਈ ਇਸ ਆਨਸਰ ਹੈ ਸੀ ਆਪਸ਼ਨ ਹਾਈਗ੍ਰੋਮੀਟਰ ਐਲ ਨੀਨੋ ਬਾਰੇ ਪੁੱਛਿਆ ਗਿਆ ਐਲ ਨੀਨੋ ਕੀ ਹੈ ਇਹ ਇੱਕ ਵਾਰਮ ਕਰੰਟ ਹੈ ਇਨ ਦਾ ਪੈਸੀਫਿਕ ਓਸ਼ਨ ਫੋਲੋਇੰਗ ਨੀਅਰ ਦਾ ਕੋਸਟ ਆਫ ਪੇਰੂ ਇਸ ਆਨਸਰ ਹੈ ਏ ਆਪਸ਼ਨ ਅ ਵਾਰਮ ਕਰੰਟ ਇਨ ਦਾ ਪੈਸੀਫਿਕ ਓਸ਼ਨ ਫਲੋਇੰਗ ਨੀਅਰ ਦਾ ਕੋਸਟ ਆਫ ਪੇਰੂ ਏ ਆਪਸ਼ਨ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਵਿਚ ਵਨ ਆਫ ਦਾ ਫੋਲੋਇੰਗ ਐਨੀਮਲਸ ਇਜ਼ ਨੋਨ ਐਜ਼ ਅ ਮੈਨ ਆਫ ਦਾ ਫੋਰੈਸਟਾ ਯਾਨੀ ਕਿਹੜਾ ਐਨੀਮਲ ਹੈ ਕਿਹੜਾ ਜਾਨਵਰ ਹੈ ਜਿਸ ਨੂੰ ਮੈਨ ਆਫ ਦਾ ਫੋਰੈਸਟਾ ਟਾਈਟਲ ਦਿੱਤਾ ਜਾਂਦਾ ਹੈ ਇਹ ਦਿੱਤਾ ਜਾਂਦਾ ਅਰਨ ਗੋਟਨ ਨੂੰ ਟਾਈਟਲ ਦਿੱਤਾ ਜਾਂਦਾ ਹੈ men of the forest ਇਸ ਆਨਸਰ ਬਣੇਗਾ ਡੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਵਿਚ ਵਨ ਆਫ ਦਾ ਫੋਲੋਇੰਗ ਇਸ ਦਾ ਨੈਸ਼ਨਲ ਨੈਟ ਨੈਸ਼ਨਲ ਪ੍ਰੋਡਕਟ ਨੂੰ ਬਣਾਣਾ ਹੈ ਆਪਾਂ ਨੇ ਕਿਸੇ ਦੇਸ਼ ਦੀ ਨੈਟ ਨੈਸ਼ਨਲ ਪ੍ਰੋਡਕਟ ਕਰਨੀ ਹੈ ਆਪਾਂ ਨੇ ਐਨਐਨਪੀ ਕਰਨੀ ਹੈ ਉਸ ਦੇ ਵਿੱਚ ਆਪਾਂ ਕੀ ਮਾਈਨਸ ਕਰਾਂਗੇ ਜਦੋਂ ਆਪਾਂ ਜੀਐਨਪੀ ਦੇ ਵਿੱਚੋਂ ਡੈਪ੍ਰੀਸੀਏਸ਼ਨ ਅਲਾਉਂਸ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਜਿਹੜੀ ਵੈਲਿਊ ਆਏਗੀ ਉਹ ਕੀ ਕੀ ਆਏਗੀ ਉਹ ਆਏਗੀ ਐਨਐਨਪੀ ਦੀ ਯਾਨੀ ਨੈਟ ਨੈਸ਼ਨਲ ਪ੍ਰੋਡਕਟ ਦੀ ਇਸ ਆਨਸਰ ਬਣੂਗਾ ਸੀ ਆਪਸ਼ਨ ਜੀਐਨਪੀ ਮਾਈਨਸ ਡੈਪ੍ਰੀਸੀਏਸ਼ਨ ਅਲਾਉਂ ਪਲੈਨਿੰਗ ਕਮਿਸ਼ਨੜਾ ਕਦੋਂ ਬਣਿਆ ਸੀ ਇਹ ਬਣਿਆ ਸੀ 15 ਮਾਰਚ 1950 ਨੂੰ 15 ਮਾਰਚ 1950 ਦੇ ਵਿੱਚ ਬਣਿਆ ਸੀ ਜੋ ਪਲੈਨਿੰਗ ਕਮਿਸ਼ਨ ਇੰਡੀਆ ਦੇ ਵਿੱਚ ਬਣਿਆ ਸੀ ਇਹਨੂੰ ਬਾਅਦ ਦੇ ਵਿੱਚ ਨਿਤੀ ਆਯੋਗ ਕੀਤਾ ਗਿਆ ਸੀ ਇਸ ਦੇ ਚੇਅਰਮੈਨ ਹੁੰਦੇ ਨੇ ਦੇਸ਼ ਦੇ ਆਪਣੇ ਪ੍ਰਧਾਨ ਮੰਤਰੀ ਠੀਕ ਹੈ ਯਾਦ ਰੱਖਣਾ ਹੈ ਨੈਕਸਟ ਕੁਸ਼ਚਨ ਹੈ 84 ਨੰਬਰ ਕੁਸ਼ਚਨ ਵਰਲਡ ਦਾ ਸਭ ਤੋਂ ਲਾਰਜੇਸਟ ਰੇਲਵੇ ਪਲੇਟਫਾਰਮ ਹੈ ਤਾਂ ਨਾਮ ਪੁੱਛਿਆ ਗਿਆ ਇਹ ਹੈ ਇੰਡੀਆ ਦਾ ਇੰਡੀਆ ਦਾ ਜਿਹੜਾ ਗੋਰਫੁੱਲ ਗੋਰਖਪੁਰਾ ਗੋਰਖਪੁਰਾ ਜਿਹੜਾ ਯੂਪੀ ਦੇ ਵਿੱਚ ਇਹ ਲਾਰਜੇਸਟ ਰੇਲਵੇ ਪਲੇਟਫਾਰਮ ਹੈ ਪੂਰੇ ਵਿਸ਼ਵ ਦਾ ਠੀਕ ਹੈ ਯਾਦ ਰੱਖਣਾ ਹੈ ਇੰਡੀਆ ਦਾ ਗੁਰਕਪੁਰ ਉੱਤਰ ਪ੍ਰਦੇਸ਼ ਦੇ ਵਿੱਚ ਬਲੂ ਰੈਵਿਊਲੂਸ਼ਨ ਕਿਸ ਚੀਜ਼ ਨਾਲ ਐਸੋਸੀਏਟ ਹੈ ਇਹ ਐਸੋਸੀਏਟ ਹੈ ਫਿਸ਼ ਪ੍ਰੋਡਕਸ਼ਨ ਦੇ ਨਾਲ ਫਿਸ਼ ਪ੍ਰੋਡਕਸ਼ਨ ਦੇ ਨਾਲ ਐਸੋਸੀਏਟ ਹੈ ਬਲੂ ਰੈਵਿਊਲੂਸ਼ਨ ਇਸ ਦਾ ਅਨਸਰ ਹੈ ਦੀ ਆਪਸ਼ਨ ਫਿਸ਼ ਪ੍ਰੋਡਕਸ਼ਨ ਨੈਕਸਟ ਹੈ ਆਪਣੇ ਕੋਲ ਗਿਲਟ ਐਸਡ ਮਾਰਕਟ ਹੈ ਜਿਹੜੇ ਦਾ ਅਰਥ ਕੀ ਹੈ ਇਸ ਦਾ ਅਰਥ ਹੈ ਮਾਰਕਟ ਆਫ ਗਵਰਨਮੈਂਟ ਸਿਕਿਉਰिटीज ਦਾ ਯਾਨੀ ਜਿੱਥੇ ਗਵਰਨਮੈਂਟ ਸਿਕਿਉਰिटीज ਦੀ ਮਾਰਕਟ ਲੱਗਦੀ ਹੈ ਉਹਨੂੰ ਆਪਾਂ ਇੱਕ ਮਾਰਕਟ ਦਾ ਨਾਮ ਦਿੰਦੇ ਹਾਂ ਜਿਸ ਦਾ ਨਾਮ ਹੈ ਗਿਲਟ ਐਸਡ ਮਾਰਕ ਦਿੱਤੇ ਗਏ ਚਾਰ ਰੇਟਾਂ ਦੇ ਵਿੱਚੋਂ ਯਾਨੀ ਚਾਰ ਰੇਟਸ ਦਿੱਤੇ ਗਏ ਨੇ ਆਪਾਂ ਨੂੰ ਪੁੱਛਿਆ ਗਿਆ ਹੈ ਕਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਰੇਟ ਨਹੀਂ ਹੈ ਇਸ ਆਨਸਰ ਹੈ ਆਪਣੇ ਕੋਲ ਡੀ ਆਪਸ਼ਨ ਪ੍ਰਾਈਮ ਲੈਂਡਿੰਗ ਰੇਟ ਆ ਪ੍ਰਾਈਮ ਲੈਂਡਿੰਗ ਰੇਟ ਆ ਜਿਹੜਾ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ ਜੋ ਹੈ ਡਿਟਰਮਾਈਨ ਨਹੀਂ ਕੀਤਾ ਜਾਂਦਾ ਬਾਕੀ ਤਿੰਨੋਂ ਕੀਤੇ ਜਾਂਦੇ ਨੇ ਸੀਆਰਆਰ ਰੈਪੋ ਰੇਟ ਐਸਐਲਆਰ ਤਿੰਨੋਂ ਕੀਤੇ ਜਾਂਦੇ ਨੇ ਬਟ ਜੋ ਆਪਣੇ ਕੋਲ ਪ੍ਰਾਇਮਰੀ ਪ੍ਰਾਈਮ ਲੈਂਡਿੰਗ ਰੇਟ ਆ ਇਹਨੂੰ ਫਾਈਂਡ ਨਹੀਂ ਕੀਤਾ ਜਾਂਦਾ ਆਰਬੀਆ ਦੇ ਦੁਆਰਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ ਨੈਕਸਟ ਕੁਐਸਚਨ ਹੈ ਮੋਡ ਵੈਟਾ ਮੋਡਵੇਟ ਹੈ ਕਿ ਕਿਸ ਸੀਨਲ ਅਸੋਸੀਏਟ ਹੈ ਇਹ ਡੀਲ ਕਰਦਾ ਹੈ ਰਿਲੇਟਡ ਹੈ ਐਕਸਾਈਜ਼ ਡਿਊਟੀ ਦੇ ਨਾਲ ਐਕਸਾਈਜ਼ ਡਿਊਟੀ ਦੇ ਨਾਲ ਰਿਲੇਟਡ ਹੈ ਮੋਡਵੇਟ ਇਸ ਦਾ ਆਨਸਰ ਹੈ ਡੀ ਆਪਸ਼ਨ ਐਕਸਾਈਜ਼ ਡਿਊਟੀ ਨੈਕਸਟ ਕੁਐਸਚਨ ਪੁੱਛਿਆ ਗਿਆ ਆਪਾਂ ਨੂੰ ਸਾਊਂਡ ਇੰਟੈਂਸਿਟੀ ਜਿਹੜੀ ਹੁੰਦੀ ਹੈ ਇਸ ਦਾ ਆਪਾਂ ਨੂੰ ਪੁੱਛਿਆ ਗਿਆ ਇਸ ਦੀ ਯੂਨਿਟ ਪੁੱਛਿਆ ਗਿਆ ਬੇਸਿਕਲੀ ਇਸ ਦੀ ਜਿਹੜੀ ਯੂਨਿਟ ਹੈ ਉਹ ਹੈ ਬੀ ਆਪਸ਼ਨ ਡੈਸੀਬਲ ਡੈਸੀਬਲ ਜੋ ਹੈ ਇਹ ਹੈ ਐਸ ਆਈ ਯੂਨਿਟ ਕਿਸ ਦੀ ਸਾਊਂਡ ਇੰਟੈਂਸਿਟੀ ਦੀ ਇਸ ਦਾ ਆਨਸਰ ਹੈ ਬੀ ਆਪਸ਼ਨ ਡੈਸੀਬਲ ਨੈਕਸਟ ਕੁਐਸਚਨ ਹੈ ਆਪਣੇ ਕੋਲ ਜਿਹੜੀ ਕਿਹੜਾ ਵਰਕ ਕਰਦਾ ਹੈ ਕਿਹੜਾ ਪ੍ਰਿੰਸੀਪਲ ਵਾਸ਼ਿੰਗ ਮਸ਼ੀਨ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਇਸ ਦੇ ਵਿੱਚ ਜਿਹੜਾ ਪ੍ਰਿੰਸੀਪਲ ਕੰਮ ਕਰਦਾ ਹੈ ਉਸ ਦਾ ਨਾਮ ਪੁੱਛਿਆ ਗਿਆ ਇਸ ਦਾ ਅਨਸਰ ਹੈ ਏ ਆਪਸ਼ਨ ਸੈਂਟ੍ਰਿਫਿਊਗੇਸ਼ਨ ਸੈਂਟ੍ਰਿਫਿਊਗੇਸ਼ਨ ਜਿਹੜਾ ਪ੍ਰਿੰਸੀਪਲ ਹੈ ਉਹ ਕੰਮ ਕਰਦਾ ਹੈ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਇਸ ਦਾ ਅਨਸਰ ਹੈ ਏ ਆਪਸ਼ਨ ਸੈਂਟ੍ਰਿਫਿਊਗੇਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 91 ਨੰਬਰ ਕੁਐਸਚਨ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਵਾਟ ਇਜ਼ ਦਾ ਪ੍ਰਿੰਸੀਪਲ ਇਨਵੋਲਵਡ इन द ऑबजॉर्शन ऑफ वाटर बाय सुल इस पूछा गया कि प्रिंसीपल इनवॉल्व होंगे अब्जॉर््शन ऑफ वाटर बाय सुल मिट्टी के इस आंसर है ए ऑप्शन प्रिंसीपल ऑफ ऑबजॉर्ब्शन ए ऑप्शन प्रिंसपल ऑफ ऑबजॉर्प्शन नैक्सट क्वेश्चन पूछा गया विच वन ऑफ द फॉलिंग एलीमेंट्स इज़ द पोरैस्ट कंडक्टर ऑफ हीट पोरैसट कंडक्टर ऑफ हीट पूछा गया कि इसका आंसर है बी ऑप्शन लैड लैड जो है यह है पोअरसट कंडक्टर ऑफ हीट इस आंसर है बी ऑप्शन दैट इज़ लैड नैक्सट क्वेश्चन पूछा गया अगर आप ਅ ਕਿਸੇ ਸੋਲਿਡ ਪਦਾਰਥ ਨੂੰ ਹੀਟ ਕਰਦੇ ਆ ਤਾਂ ਆਪਾਂ ਨੂੰ ਗੈਸ ਦੇ ਵਿੱਚ ਕਨਵਰਟ ਹੋ ਜਾਂਦਾ ਉਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਆ ਉਸ ਨੂੰ ਬੋਲਿਆ ਜਾਂਦਾ ਸਬਲੀਮੇਸ਼ਨ ਇਸ ਆਨਸਰ ਬਣੇਗਾ ਆਪਣਾ ਡੀ ਆਪਸ਼ਨ ਸਬਲੀਮੇਸ਼ਨ ਨੈਕਸਟ ਕੁਸ਼ਚਨ ਆਪਣੇ ਕੋਲ 94 ਨੰਬਰ ਕੁਸ਼ਚਨ ਇਸ ਦੇ ਵਿੱਚ ਪੁੱਛਿਆ ਗਿਆ ਹੈ ਵਿਚ 1 ਆਫ ਦਾ ਫੋਲੋਇੰਗ ਰੇਜ਼ ਵੇਵਸ ਦਾ ਹਾਈਐਸਟ ਫ੍ਰੀਕੁਐਂਸੀ ਯਾਨੀ ਹਾਈਐਸਟ ਫ੍ਰੀਕੁਐਂਸੀ ਪੁੱਛਿਆ ਗਿਆ ਕਿਹੜੀ ਰੇਜ਼ ਜਾਂ ਫਿਰ ਵੇਵਜ਼ ਹੀ ਹੁੰਦੀ ਹੈ ਇਸ ਦਾ ਆਨਸਰ ਹੈ ਏ ਆਪਸ਼ਨ ਗਾਮਾ ਰੇਜ਼ ਗਾਮਾ ਰੇਜ਼ ਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਈਐਸਟ ਹੁੰਦੀ ਹੈ ਇਸ ਦਾ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਦਾਲਚੀਨੀ ਦਾਲਚੀਨੀ ਜਿਹੜੀ ਹੈਗੀ ਹੈ ਇਹ ਪਲਾਂਟ ਜਿਹੜਾ ਹੁੰਦਾ ਪੌਦੇ ਹੁੰਦੇ ਨੇ ਉਸ ਦੇ ਕਿਸ 파ਟ ਤੋਂ ਮਿਲਦੀ ਹੈ ਆਪਾਂ ਨੂੰ ਇਹ ਮਿਲਦੀ ਹੈ ਬਾਰਕ ਤੋਂ ਬਾਰਕ ਇੱਕ 파ਟ ਹੁੰਦਾ ਹੈ ਪਲਾਂਟ ਦਾ ਜਿੱਥੋਂ ਆਪਾਂ ਨੂੰ ਦਾਲਚੀਨੀ ਮਿਲਦੀ ਹੈ ਇਸ ਆਨਸਰ ਹੈ ਡੀ ਆਪਸ਼ਨ ਦੈਟ ਇਜ਼ ਬਾਰਕ ਦ ਡਿਪਲੇਸ਼ਨ ਆਫ ਓਜ਼ੋਨ ਲੇਅਰ ਕਾਜ਼ਸ ਯਾਨੀ ਜੋ ਕਿਹੜੀ ਗੈਸ ਹੈ ਕਿਹੜੀਆਂ ਰੇਡੀਏਸ਼ਨਸ ਨੇ ਜੋ ਕਿ ਓਜ਼ੋਨ ਲੇਅਰ ਦੇ ਵਿੱਚ ਡਿਪਲੇਸ਼ਨ ਦਾ ਕਾਰਨ ਨੇ ਇਹ ਨੇ ਇਨਕਰੀਜ਼ਡ ਯੂਵੀ ਰੇਡੀਏਸ਼ਨਸ ਅਲਟਰਾਵਾਈਲਟ ਰੇਡੀਏਸ਼ਨਸ ਇਸ ਆਨਸਰ ਹੈ ਬੀ ਆਪਸ਼ਨ ਇਨਕਰੀਜ਼ਡ ਅਲਟਰਾਵਾਈਲਟ ਰੇਡੀਏਸ਼ਨਸ ਨੈਕਸਟ ਪੁੱਛਿਆ ਗਿਆ 97 ਨੰਬਰ ਕੁਸ਼ਨ ਹਾਊ many ਯੂਨੀਟ ਟੈਰੀਟਰੀਜ਼ ਆਰ देयर ਇਨ ਇੰਡੀਆ ਯਾਨੀ ਕਿੰਨੇ ਯੂਟਿਸ ਇਨ ਇੰਡੀਆ ਦੇ ਵਿੱਚ ਇਹ ਨੇ 8 ਇਸ ਆਨਸਰ ਹੈ ਸੀ ਆਪਸ਼ਨ ਟੋਟਲ 8 ਯੂਨੀਟ ਟੈਰੀਟਰੀ ਨੇ ਇੰਡੀਆ ਦੇ ਵਿੱਚ ਇਸ ਆਨਸਰ ਹੈ ਪ੍ਰੈਜ਼ੈਂਟ ਟਾਈਮ ਤੇ ਸੀ ਆਪਸ਼ਨ 8 ਨੈਕਸਟ ਕੁਸ਼ਨ ਪੁੱਛਿਆ ਗਿਆ 98 ਨੰਬਰ ਕੁਸ਼ਨ ਕਿਹੜੇ ਚੀਫ ਜਸਟਿਸ ਨੇ ਇੰਡੀਆ ਦੇ ਜਿਨ੍ਹਾਂ ਦੇ ਦੁਆਰਾ ਐਜ਼ ਅ ਪ੍ਰੈਜ਼ੀਡੈਂਟ ਐਕਟ ਕੀਤਾ ਗਿਆ ਹੈ ਇੰਡੀਆ ਦੇ ਇਹ ਧੀ ਜਿਨ੍ਹਾਂ ਦਾ ਨਾਮ ਹੈ ਜਸਟਿਸ ਐਮ ਹਿਦਾਇਤੁੱਲਾ ਜਸਟਿਸ ਐਮ ਹਿਦਾਇਤੁੱਲਾ ਨੇ ਜਿਹੜੇ ਇਹ ਚੀਫ ਜਸਟਿਸ ਆਫ ਇੰਡੀਆ ਦੇ ਔਰ ਇਹਨਾਂ ਨੇ ਐਜ਼ ਅ ਪ੍ਰੈਜ਼ੀਡੈਂਟ ਵਰਕ ਕੀਤਾ ਹੋਇਆ ਇੰਡੀਆ ਦੇ ਵਿੱਚ ਇਹਨਾਂ ਦਾ ਨਾਮ ਹੈ ਏ ਆਪਸ਼ਨ ਜਸਟਿਸ ਐਮ ਹਿਦਾਇਤੁੱਲਾ ਏ ਆਪਸ਼ਨ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਜੋ ਪੰਚਾਇਤੀ ਰਾਜ ਸਿਸਟਮ ਹੈ ਇਹ ਕਿੰਨੇ ਟਾਇਰ ਟਾਇਰ ਵੇਸਟ ਹੈ ਇਹ ਹੈ 3 ਟਾਇਰ ਵੇਸਟ ਸਿਸਟਮ ਇੰਡੀਆ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਇੰਡੀਆ ਦੇ ਵਿੱਚ ਇਹ 3 ਟਾਇਰ ਸਿਸਟਮ ਹੈ ਇੰਡੀਆ ਦੇ ਵਿੱਚ ਯਾਦ ਰੱਖਣਾ ਹੈ ਏ ਆਪਸ਼ਨ ਥਰੀ ਟਾਇਰ ਸਿਸਟਮ ਨੈਕਸਟ ਪੁੱਛਿਆ ਗਿਆ ਸਰਕਾਰੀਆ ਕਮਿਸ਼ਨ ਦੀ ਜਿਹੜੀ ਰਿਕਮੈਂਡੇਸ਼ਨ ਸੀ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਇਹ ਰਿਲੇਟਡ ਹੈ ਸੈਂਟਰ ਸਟੇਟ ਰਿਲੇਸ਼ਨਸ ਦੇ ਨਾਲ ਸੈਂਟਰ ਸਟੇਟ ਰਿਲੇਸ਼ਨਸ਼ਿਪ ਹੈ ਜਿਹੜਾ ਉਸ ਦੇ ਨਾਲ ਡੀਲ ਕਰਦੀ ਹੈ ਰਿਕਮੈਂਡੇਸ਼ਨ ਦਿੱਤੀ ਸੀ ਸਰਕਾਰੀਆ ਕਮਿਸ਼ਨ ਰਿਪੋਰਟ ਨੇ ਇਸ ਦਾ ਅਨਸਰ ਹੈ ਡੀ ਆਪਸ਼ਨ ਸੈਂਟਰ ਸਟੇਟ ਰਿਲੇਸ਼ਨਸ ਨੈਕਸਟ ਹੈ ਆਪਣੇ ਕੋਲ ਇੰਗਲਿਸ਼ ਜਿਹੜੀ ਹੈ ਇਹ ਆਫੀਸ਼ੀਅਲ ਲੈਂਗੁਏਜ ਹੈ ਕਿਸ ਸਟੇਟ ਦੀ ਹੈ ਇਹ ਆਫੀਸ਼ੀਅਲ ਲੈਂਗੁਏਜ ਹੈ ਨਾਗaland ਦੀ ਇਸ ਦਾ ਅਨਸਰ ਹੈ ਏ ਆਪਸ਼ਨ ਦੈਟ ਇਜ਼ ਨਾਗaland ਨੈਕਸਟ ਪੁੱਛਿਆ ਗਿਆ ਹੈ ਰਾਜ ਸਭਾ ਦੇ ਕਿੰਨੇ ਮੈਂਬਰ ਹੁੰਦੇ ਨੇ ਜੋ ਹਰ 2 ਸਾਲਾਂ ਦੇ ਬਾਅਦ ਰਿਟਾਇਰਮੈਂਟ ਹੁੰਦੀ ਹੈ ਇਹਨਾਂ ਦੀ ਇਹ ਹੁੰਦੀ ਹੈ 1/3 1/3 ਮੈਂਬਰ ਨੇ ਜਿਹੜੇ ਹਰ 2 ਸਾਲਾਂ ਦੇ ਬਾਅਦ ਇਹਨਾਂ ਨੂੰ ਰਿਟਾਇਰਮੈਂਟ ਲੈਣੀ ਪੈਂਦੀ ਹੈ ਠੀਕ ਹੈ ਯਾਦ ਰੱਖਣਾ ਹੈ 1/3 ਵੀ ਆਪਸ਼ਨ ਨੈਕਸਟ ਕੁਸ਼ਚਨ ਪੁੱਛਿਆ ਗਿਆ ਕਿਹੜੀ ਇੰਡੀਅਨ ਸਟੇਟ ਹੈ ਯਾਨੀ ਇੰਡੀਆ ਦੀ ਕਿਹੜੀ ਭਾਰਤ ਦਾ ਕਿਹੜਾ ਰਾਜਾ ਹੈ ਜੋ ਕਿ ਜਿਸੇ ਦੁਆਰਾ ਪਹਿਲੀ ਵਾਰ ਲੋਕਾਇੁਕਤਾ ਨੂੰ ਅਡਾਪਟ ਕੀਤਾ ਗਿਆ ਸੀ ਪਹਿਲੀ ਸਟੇਟ ਬਣੀ ਸੀ ਇਹ ਇੰਡੀਆ ਦੀ ਇਹ ਹੈ ਮਹਾਰਾਸ਼ਟਰਾ ਮਹਾਰਾਸ਼ਟਰਾ ਸਟੇਟ ਹੈ ਜਿਹੜੀ ਇਹ ਪਹਿਲੀ ਸਟੇਟ ਬਣੀ ਸੀ ਇੰਡੀਆ ਦੀ ਜਿਸ ਦੇ ਦੁਆਰਾ ਲੋਕਾਇੁਕਤਾ ਦਾ ਇੰਸਟੀਚਿਊਸ਼ਨ ਹੈ ਡਾ ਅਡਾਪਟ ਕੀਤਾ ਗਿਆ ਸੀ ਇਸ ਆਨਸਰ ਹੈ ਸੀ ਆਪਸ਼ਨ ਦੈਟ ਇਜ਼ ਮਹਾਰਾਸ਼ਟਰਾ ਨੈਕਸਟ ਕੁਐਸਚਨ ਹੈ ਆਪਣੇ ਕੋਲ ਗੁੱਡਸ ਐਂਡ ਸਰਵਿਸ ਟੈਕਸ ਜਿਹੜਾ ਹੈਗਾ ਇਹ ਡਿਊਲ ਮੋਡ ਦੇ ਵਿੱਚ ਆਪਾਂ ਨੇ ਕਿੱਥੋਂ ਫੋਲੋ ਕੀਤਾ ਇਹ ਫੋਲੋ ਕੀਤਾ ਆਪਾਂ ਨੇ ਫਰਾਂਸ ਤੋਂ ਇਸ ਦਾ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ ਦੈਟ ਇਜ਼ ਫਰਾਂਸ ਨੈਕਸਟ ਕੁਐਸਚਨ ਹੈ ਆਪਣੇ ਕੋਲ 105 ਨੰਬਰ ਕੁਐਸਚਨ ਫੁੱਟਬਾਲ ਲੇ ਇਨਾਂ ਦੀ ਰੀਸੈਂਟਲੀ ਮ੍ਰਿਤਿ ਹੋ ਗਈ ਡੈਥ ਹੋ ਗਈ ਪੁੱਛਿਆ ਗਿਆ ਹੈ ਕਿਹੜੀ ਟੀਮ ਦੇ ਲਈ ਖੇលਦੇ ਸੀ ਇਸ ਦਾ ਅਨਸਰ ਹੈ ਡੀ ਆਪਸ਼ਨ ਅਰਜנטיਨਾ ਅਰਜנטיਨਾ ਦੀ ਟੀਮ ਦੇ ਲਈ ਖੇលਦੇ ਨੇ ਜਿਨ੍ਹਾਂ ਦਾ ਨਾਮ ਹੈ ਫੁੱਟਬਾਲ ਲੀਜੈਂਡ 플레이ਰ ਸੀ ਜਿਨ੍ਹਾਂ ਦਾ ਨਾਮ ਹੈ ਡਿਆਗੋ ਅਮੇਰੀਡੋਨਾ ਇਹਨਾਂ ਦੀ ਮ੍ਰਿਤਿ ਹੋ ਗਈ ਰੀਸੈਂਟਲੀ 25 ਨਵੰਬਰ 2020 ਨੂੰ ਯਾਦ ਰੱਖਣਾ ਹੈ ਡੀ ਆਪਸ਼ਨ ਅਰਜנטיਨਾ ਨੈਕਸਟ ਕੁਐਸਚਨ ਹੈ ਆਪਣੇ ਕੋਲ ਪ੍ਰੈਜਿਡੈਂਟ ਨਰਿੰਦਰ ਮੋਦੀ ਜੀ ਦੇ ਦੁਆਰਾ ਇੱਕ ਕੈਂਪੇਨ ਸਟਾਰਟ ਕੀਤਾ ਗਿਆ ਸੀ ਇੱਕ ਯੋਜਨਾ ਸਟਾਰਟ ਕੀਤੀ ਗਈ ਸੀ ਹਰ ਘਰ ਨਾਲ ਯੋਜਨਾ ਹਰ ਘਰ ਨਾਲ ਯੋਜਨਾ ਜਿਹੜੀ ਇਹ ਕਿਸ ਸਟੇਟ ਦੇ ਵਿੱਚ ਲਾਂਚ ਕੀਤੀ ਸੀ ਇਸ ਨੂੰ ਲਾਂਚ ਕੀਤਾ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ 22 ਨਵੰਬਰ 2020 ਨੂੰ ਇਸ ਆਨਸਰ ਹੈ ਬੀ ਆਪਸ਼ਨ ਯੂਪੀ ਉੱਤਰ ਪ੍ਰਦੇਸ਼ ਆ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਇੰਡੀਆ ਨੇ ਰੀਸੈਂਟਲੀ ਕਿਸ ਦੇਸ਼ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ ਇਹਨਾਂ ਦੇ ਦੁਆਰਾ ਪੰਜ ਨਿਊ ਪੋਰਟਸ ਨੇ ਜਿਹੜੇ ਇੰਡੀਆ ਦੇ ਫੇਵਰ ਦੇ ਵਿੱਚ ਦਿੱਤੇ ਗਏ ਨੇ ਯਾਨੀ ਇੰਡੀਆ ਨੂੰ ਦਿੱਤੇ ਨੇ ਇਹਨਾਂ ਦੇ ਵਿੱਚ ਟ੍ਰੇਡ ਇਨਹਾਂਸ ਕਰਨ ਦੇ ਲਈ ਔਰ ਕਨੈਕਟੀਵਿਟੀ ਬਣਾਉਣ ਦੇ ਲਈ ਆਪਸੇ ਵਿੱਚ ਦੋ ਕੰਟਰੀ ਦੇ ਵਿੱਚ ਇਹ ਇੰਡੀਆ ਨੇ ਸਾਈਨ ਕੀਤਾ ਬੰਗਲਾਦੇਸ਼ ਦੇ ਨਾਲ ਇਸ ਦਾ ਆਨਸਰ ਹੈ ਸੀ ਆਪਸ਼ਨ ਬੰਗਲਾਦੇਸ਼ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਰਾਜ ਸਭਾ ਦੇ ਜਿਹੜੇ ਅਨਪੋਸਟ ਇਲੈਕਟ ਹੋਏ ਨੇ ਐਸ ਦਾ ਚੇਅਰ ਪਰਸਨ ਕੌਣ ਹੋਏ ਨੇ ਇਹ ਹੋਏ ਨੇ 7 ਦਸੰਬਰ 2020 ਨੂੰ ਇਹਨੇ ਸੁਸ਼ੀਲ ਕੁਮਾਰ ਮੋਦੀ ਸੁਸ਼ੀਲ ਕੁਮਾਰ ਮੋਦੀ ਨੇ ਜਿਹੜੇ ਇਹ ਅਨਪੋਸਟ ਚੇਅਰਮੈਨ ਬਣੇ ਨੇ ਰਾਜ ਸਭਾ ਦੇ ਠੀਕ ਹੈ ਯਾਦ ਰੱਖਣਾ ਹੈ ਸੁਸ਼ੀਲ ਕੁਮਾਰ ਮੋਦੀ ਏ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਗ੍ਰੈਗ ਬਾਰਕਲੇ ਗ੍ਰੈਗ ਬਾਰਕਲੇ ਇਹ ਰੀਸੈਂਟਲੀ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਵਿੱਚ ਇਹ ਬਣੇ ਨੇ ਐਜ਼ ਅ ਚੇਅਰਮੈਨ ਇਹ ਨਿਊਜ਼ੀਲੈਂਡ ਤੋਂ ਨੇ ਇਸ ਆਨਸਰ ਹੈ ਵੀ ਆਪਸ਼ਨ ਨਿਊਜ਼ੀਲੈਂਡ ਗ੍ਰੈਗ ਬਾਰਕਲੇ ਨੇ ਜਿਹੜੇ ਇਹ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਨੇ ਨੈਕਸਟ ਕੁਐਸਚਨ ਹੈ 110 ਨੰਬਰ ਕੁਐਸਚਨ ਕਿਹੜੀ ਕੰਪਨੀ ਹੈ ਜਿਸ ਨੇ ਆਪਣਾ ਜਿਹੜਾ ਬਿਜ਼ਨਸ ਹੈ ਸਾਰਾ ਕਿਸ ਨੂੰ ਯੂ ਐਸ ਦੇ ਵਿੱਚ ਸੇਲ ਕਰਤਾ ਸੀ 90 ਦਿਨਾਂ ਦੇ ਲਈ ਇਸ ਦਾ ਰਾਈਟ ਆਨਸਰ ਹੈ ਆਪਣਾ ਸੀ ਆਪਸ਼ਨ ਟਿਕਟਾਕ ਇਸ ਆਨਸਰ ਹੈ ਸੀ ਆਪਸ਼ਨ ਟਿਕਟਾਕ ਨੈਕਸਟ ਕੁਐਸਚਨ ਆਪਣੇ ਕੋਲ 111 ਨੰਬਰ ਕੁਐਸਚਨ 2021 ਦੇ ਲਈ ਜੋ ਕਿਸ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੋਬਲ ਪ੍ਰਾਈਜ਼ ਨੋਬਲ ਪੀਸ ਪ੍ਰਾਈਜ਼ ਦੇ ਲਈ ਇਹਦਾ ਨੋਮੀਨੇਟ ਕੀਤਾ ਗਿਆ ਹੈ ਇਹਨੇ ਇਜ਼ਰਾਈਲ ਡੀ ਆਪਸ਼ਨ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਕੰਮ ਦੇ ਲਈ ਉਹਨਾਂ ਨੂੰ ਨੋਬਲ ਪ੍ਰਾਈਜ਼ ਦੀ ਨੋਮੀਨੇਸ਼ਨ ਮਿਲੀ ਹੈ 2021 ਦੇ ਲਈ ਇਹਨਾਂ ਨੂੰ ਮਿਲ ਸਕਦਾ ਹੈ ਇਹੇ ਡਿਸਟਰੀਬਿਊਸ਼ਨ ਨਹੀਂ ਹੋਈ ਇਹੇ ਨੋਮੀਨੇਟ ਹੋਏ ਨੇ ਇਸ ਦਾ ਅਨਸਰ ਹੈ ਡੀ ਆਪਸ਼ਨ ਇਜ਼ਰਾਈਲ ਨੈਕਸਟ ਕੁਐਸਚਨ ਪੁੱਛਿਆ ਗਿਆ ਇੱਕ ਬੁੱਕ ਲਿਖੀ ਗਈ ਹੈ ਆ ਪ੍ਰੋਮਿਸਡ ਲੈਂਡ ਇਸ ਨੂੰ ਲਿਖਿਆ ਕਿਸ ਨੇ ਇਸ ਨੂੰ ਲਿਖਿਆ ਬ੍ਰੈਕ ਓਬਾਮਾ ਨੇ ਬ੍ਰੈਕ ਓਬਾਮਾ ਨੇ ਬੁੱਕ ਲਿਖੀ ਆ ਪ੍ਰੋਮਿਸਡ ਲੈਂਡ ਨੈਕਸਟ ਕੁਐਸਚਨ ਆਪਣੇ ਕੋਲ 113 ਨੰਬਰ ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਕੰਟਰੀਜ਼ ਆ ਵਾਸ ਜੇ ਯਾਨੀ 12ਵੀਂ ਜਿਹੜੀ ਬ੍ਰਿਕਸ ਸੱਟ ਹੋਈ ਹੈ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਇਹ ਸੱਟ 17 ਨਵੰਬਰ 2020 ਨੂੰ ਹੋਈ ਹੈ ਵਰਚੂਲੀ ਹੋਈ ਹੈ ਯਾਨੀ ਇਹ ਫੇਸ ਟੂ ਫੇਸ ਨਹੀਂ ਹੋਈ ਇਹ ਹੋਈ ਹੈ ਆਪਣੇ ਕੋਲ ਇੱਕ ਡਿਜੀਟਲ ਮਾਧਿਅਮ ਦੇ ਨਾਲ ਇਹ ਹੋਸਟ ਹੋਈ ਹੈ ਰਸ਼ੀਆ ਦੇ ਦੁਆਰਾ ਇਸ ਆਨਸਰ ਹੈ ਆਪਣੇ ਕੋਲ ਵੀ ਆਪਸ਼ਨ ਰਸ਼ੀਆ ਨੈਕਸਟ ਆਪਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈਡਕ quarters ਪੁੱਛਿਆ ਗਿਆ ਇਸ ਦਾ ਅਨਸਰ ਹੈ ਦਾ ਹੈਗ ਜੋ ਕਿ ਨੀਦਰਲੈਂਡ ਦੇ ਵਿੱਚ ਲੋਕੇਟਡ ਹੈ ਇਸ ਅਨਸਰ ਹੈ ਆਪਣੇ ਕੋਲ ਸੀ ਆਪਸ਼ਨ ਦਾ ਹੈਗਾ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਹੈ ਜਿਹੜੀ ਕਿਸ ਚੀਜ਼ ਨਾਲ ਡੀਲ ਕਰਦੀ ਹੈ ਇਸ ਦਾ ਅਨਸਰ ਹੈ ਆਪਣੇ ਕੋਲ ਅਪਰੂਵਲ ਆਫ 5 ਇਅਰ ਪਲਾਨਸ ਦਾ ਇਸ ਅਨਸਰ ਹੈ ਆਪਣੇ ਕੋਲ ਏ ਆਪਸ਼ਨ ਨੈਕਸਟ ਆਪਾਂ ਵਕਫ ਐਕਟ ਦੇ ਵੀ ਕੁਸ਼ਚਨ ਦੇਖ ਲੈਣੇ ਆ ਇਸ ਦੇ ਵਿੱਚ ਦੋ ਤਿੰਨ ਕੁਸ਼ਚਨ ਦੇ ਰਿਲੇਟਡ ਕੋਈ ਡਾਊਟ ਹੈ ਉਹ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਪਿੰਨ ਕਮੈਂਟ ਦੇ ਵਿੱਚ ਹੈ ਜਿਹੜਾ ਉਹ ਪੀਨ ਕਰ ਦਿੱਤੇ ਜਾਣਗੇ ਕਮੈਂਟ ਉਹਨਾਂ ਨੂੰ ਤੁਸੀਂ ਬਾਅਦ ਵਿੱਚ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ 116 ਨੰਬਰ ਕੁਐਸਚਨ ਦਾ ਟਰਮ ਮੁਤਾਵਲੀ ਮੁਤਾਵਲੀ ਜਿਹੜਾ ਹੈ ਇਹ ਡਿਫਾਈਨ ਕੀਤਾ ਗਿਆ ਹੈ ਵਕਫ ਐਕਟ 1995 ਦੇ ਵਿੱਚ ਕਿ ਸੈਕਟਰ ਦੇ ਵਿੱਚ ਇਸ ਆਨਸਰ ਹੈ ਆਪਣੇ ਕੋਲ 3 ਸਬਸੈਕਸ਼ਨ i 3 ਸਬਸੈਕਸ਼ਨ i ਜੋ ਹੈ ਵਕਫ ਐਕਟ ਦਾ ਇਸ ਦੇ ਵਿੱਚ ਆਪਣਾ ਮੁਤਾਵਲੀ ਜੋ ਹੈ ਜੋ ਡਿਊਟੀ ਪਰਫਾਰਮ ਕਰਦਾ ਹੈ ਆਪਣੀ ਉਸ ਨੂੰ ਇਨਕਲੂਡ ਕੀਤਾ ਗਿਆ ਹੈ ਮੁਤਾਵਲੀ ਨੂੰ ਇਸ ਦਾ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਜੋ ਵਕਫ ਵੋਟ ਦੇ ਮੈਂਬਰ ਹੁੰਦੇ ਨੇ ਇਹਨਾਂ ਦਾ ਟੇਨਰ ਪੁੱਛਿਆ ਗਿਆ ਇਹਨਾਂ ਦਾ ਟਰਮ ਹੁੰਦੀ ਆ 5 ਸਾਲ ਦਾ ਇਹ ਤੁਹਾਨੂੰ ਮੈਂ ਮੈਨੂੰ ਲੱਗਦਾ ਵੀ ਹਰ ਇੱਕ ਵੀਡੀਓ ਦੇ ਵਿੱਚ ਦੱਸਿਆ ਜੋ ਵੀ ਵਰਕ ਅਫੈਕਟ ਦੇ ਰਿਲੇਟਡ ਬਣਾਈਆਂ ਨੇ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਇਸ ਦਾ ਆਨਸਰ ਹੈ ਆਪਣੇ ਕੋਲ ਏ ਆਪਸ਼ਨ दैट इज 5 ইয়ার্স ਨੈਕਸਟ ਕੁਐਸਚਨ ਹੈ ਇਹ ਕੁਐਸਚਨ ਦੇ ਰਿਲੇਟਡ ਥੋੜਾ ਡਾਊਟ ਹੈ ਇਹ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਪਿੰਨ ਕਮੈਂਟ ਦੇ ਵਿੱਚ ਮਿਲ ਜੇਗਾ ਦਾ ਆਨਸਰ ਨੈਕਸਟ ਕੁਐਸਚਨ ਆਪਣੇ ਕੋਲ 119 ਨੰਬਰ ਕੁਐਸਚਨ ਅੰਡਰ ਸੈਕਸ਼ਨ 66 ਆਫ ਦਾ ਵਰਕ ਅਫੈਕਟ 1995 ਹੂ ਕੈਨ ਅਪੁਆਇੰਟ ਦਾ ਮੁਤਾਵਲੀ ਯਾਨੀ ਮੁਤਾਵਲੀ ਨੂੰ ਕੌਣ ਅਪੁਆਇੰਟ ਕਰ ਸਕਦਾ ਹੈ ਅੰਡਰ ਸੈਕਸ਼ਨ 66 ਇਸ ਦੇ ਵਿੱਚ ਸਟੇਟ ਗਵਰਨਮੈਂਟ ਯਾਨੀ ਰਾਜ ਸਰਕਾਰ ਹੁੰਦੀ ਹੈ ਜਿਹੜੀ ਇਹਨਾਂ ਦੇ ਦੌਰਾਨ ਮੁਤਾਵਲੀ ਨੂੰ ਅਪੁਆਇੰਟ ਕੀਤਾ ਜਾ ਸਕਦਾ ਹੈ ਇਸ ਆਨਸਰ ਆਪਣੇ ਕੋਲ ਸੀ ਆਪਸ਼ਨ ਦੈਟ ਇਜ਼ ਸਟੇਟ ਗਵਰਨਮੈਂਟ ਨੈਕਸਟ ਕੁਐਸਚਨ ਹੈ ਆਪਣੇ ਕੋਲ ਇਹਦੇ ਵਿੱਚ ਪੁੱਛਿਆ ਗਿਆ ਅੰਡਰ ਦਾ ਵਕਫ ਪ੍ਰੋਪਰਟیز ਰੀਲਿਸ ਅਮੈਂਡਮੈਂਟ ਰੂਲਸ 2020 ਦਾ ਰਿਜ਼ਰਵ ਪ੍ਰਾਈਸ ਪਰ ਸਕੁਅਰ ਫੀਟ ਯਾਨੀ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿੰਨੇ ਪਰਸੈਂਟ ਹੈ ਜਿਹੜਾ ਪਰ ਐਨਐਮ ਮਾਰਕੀਟ ਵੈਲਿਊ ਦੇ ਪ੍ਰੋਪਰਟੀ ਦੀ ਇਸ ਆਨਸਰ ਹੈ ਆਪਣੇ ਕੋ ਨੈਕਸਟ ਕੁਐਸਚਨ ਆਪਣੇ ਕੋਲ 121 ਨੰਬਰ ਕੁਐਸਚਨ ਆ। ਆਪਾਂ ਨੂੰ ਪੁੱਛਿਆ ਗਿਆ ਹੈ ਕਿਹੜੀ ਵਿੱਚ ਵਨ ਆਫ ਦਾ ਫੋਲੋਇੰਗ ਡਸ ਨਾਟ ਕ੍ਰੀਏਟ ਅ ਵੈਲਿਡ ਵਕਫ। ਕਿਸ ਦੇ ਦੁਆਰਾ ਵੈਲਿਡ ਵਕਫਾਇਦਾ ਕ੍ਰੀਏਟ ਨਹੀਂ ਕੀਤਾ ਜਾਂਦਾ। ਇਸ ਦਾ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ ਪਰਮਨੈਂਟ ਡੈਡੀਕੇਸ਼ਨ ਆਫ ਪ੍ਰੋਪਰਟੀ ਫਾਰ ਸੈਕੂਲਰ ਯੂਜ਼ ਆਫ एवरीवन। ਇਸ ਦਾ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ। ਨੈਕਸਟ ਕੁਐਸਚਨ ਆਪਣੇ ਕੋਲ 122 ਨੰਬਰ ਕੁਐਸਚਨ। ਇਸ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਜੋ ਵਕਫ ਦੀ ਪ੍ਰੋਪਰਟੀ ਹੁੰਦੀ ਹੈ ਉਹ ਕਿਸ ਨੂੰ ਡੈਡੀਕੇਟ ਹੁੰਦੀ ਹੈ? ਇਹ ਡੈਡੀਕੇਟ ਹੁੰਦੀ ਹੈ ਗੋਡ ਨੂੰ। ਇਸ ਦਾ ਆਨਸਰ ਹੈ ਆਪਣੇ ਕੋਲ ਡੀ ਆਪਸ਼ਨ ਗ ਇਸ ਦੇ ਵਿੱਚ ਪੁੱਛਿਆ ਗਿਆ ਹੈ ਅਗਰ ਵਕਫ ਪ੍ਰਾਪਰਟੀ ਦੇ ਉੱਪਰ ਕਿਸੇ ਨੇ ਕਬਜ਼ਾ ਕਰ ਲਿਆ ਉਸ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਗਿਆ ਹੈ ਕਿੰਨੇ ਸਾਲ ਦੀ ਇੰਪ੍ਰੀਜ਼ਨਮੈਂਟ ਹੋ ਸਕਦੀ ਹੈ ਇਸ ਦੇ ਵਿੱਚ ਇੰਪ੍ਰੀਜ਼ਨਮੈਂਟ ਹੋ ਸਕਦੀ ਹੈ 2 ਸਾਲਾਂ ਦੀ ਇਸ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ ਦੈਟ ਇਜ਼ 2 ਇਅਰਸ ਨੈਕਸਟ ਕੁਐਸਚਨ ਹੈ ਆਪਣੇ ਕੋਲ ਡਿਊਟੀਆਂ ਆਈਡੀ ਮੁਤਾਬਿਲੀ ਦੀ ਇਹ ਕਿਸ ਸੈਕਸ਼ਨ ਦੇ ਵਿੱਚ ਡਿਫਾਈਨ ਕੀਤੀ ਗਈ ਹੈ ਇਹ ਹੈ ਸੈਕਸ਼ਨ 50 ਦੇ ਵਿੱਚ ਸੈਕਸ਼ਨ 50 ਦੇ ਵਿੱਚ ਇਹ ਕੁਐਸਚਨ ਦੇ ਵਿੱਚ ਵੀ ਥੋੜਾ ਡਾਊਟ ਹੈ ਇਹ ਵੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਪਿੰਨ ਕਮੈਂਟ ਦੇ ਵਿੱਚ ਮਿਲ ਜਾਏਗਾ ਸੋ ਇਹ ਸੀ 125 ਦੇ 125 ਕੁਐਸਚਨ ਇਹਦੇ ਵਿੱਚ ਆਪਾਂ ਨੇ 100 ਕੁਐਸਚਨ ਕਵਰ ਕੀਤੇ ਨੇ ਅਨਸਰ ਕੀਦੇ ਮਾਧਿਮ ਨਾਲ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਇਸੇ ਵਿੱਚ ਜਿਆਦਾ ਤੋਂ ਜਿਆਦਾ ਕੁਐਸਚਨ ਜਿਹੜੇ ਉਹ ਸਹੀ ਨੇ ਜਿਹੜੇ ਉਹ ਤੁਹਾਨੂੰ ਅਨਸਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਅਗਰ ਫਿਰ ਵੀ ਕੋਈ ਡਾਊਟ ਬਚਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ 100% ਉਹ ਡਾਊਟ ਕਲੀਅਰ ਕਰ ਦਿੱਤਾ ਜਾਏਗਾ ਅਗਰ ਇਹਨਾਂ 100 ਕੁਐਸਚਨ ਦੇ ਵਿੱਚ ਕੋਈ ਡਾਊਟ ਹੈ ਤੁਹਾਨੂੰ ਅਗਰ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਰੀਡ ਕਰਕੇ ਤੁਹਾਨੂੰ ਉਹਦਾ ਰਿਪਲਾਈ ਕਰ ਦਿੱਤਾ ਜਾਏਗਾ ਕਿਉਂਕਿ ਤੁਹਾਨੂੰ ਪਤਾ ਹੈ ਜੀ ਜਿਹੜੀ ਅਨਸਰ ਕੀ ਹੈ ਉਹ ਕੱਲ ਨੂੰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਅਪਡੇਟ ਹੋ ਜਾਏਗੀ ਇਹ ਪ੍ਰੋਵੀਜ਼ਨ ਅਨਸਰ ਕੀ ਹੈ ਜੋ ਕਿ ਮੇਰੇ ਦੁਆਰਾ ਜਿਹੜੀ ਤਿਆਰ ਕੀਤੀ ਗਈ ਹੈ ਮੋਹਿਤ ਗਰਗ ਦੇ ਦੁਆਰਾ ਜੋ ਕਿ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ 100 ਕੁਐਸਚਨ ਨੂੰ ਕਵਰ ਕਰਵਾਇਆ ਗਿਆ ਹੈ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਔਰ ਜਿਆਦਾ ਤੋਂ ਜਿਆਦਾ ਇਸ ਨੂੰ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਜੋ ਵੀ ਸਟ ਪੇਪਰ ਲਈ ਅਪੀਅਰ ਹੋਏ ਸੀ ਅੱਜ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਇਸ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਜੇਕਰ ਤੁਸੀਂ ਸਾਡਾ ਚੈਨਲ ਪੰਜਾਬ ਆਈਕਿਊ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਸਟੂਡੈਂਟ ਇਸ ਤਰ੍ਹਾਂ ਦੀ ਵੀਡੀਓਜ਼ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਤੋਂ ਇਲਾਵਾ ਇਸ ਦੇ ਵਿੱਚ 25 ਕੁਐਸਚਨ ਜਿਹੜੇ ਉਰਦੂ ਪੁੱਛੇ ਗਏ ਸੀ ਅਗਰ ਕੋਈ ਸਟੂਡੈਂਟ ਹੈ ਜਿਹੜਾ ਜਿਸ ਨੂੰ ਉਰਦੂ ਦਾ 100% ਰੀਅਲ ਨੌਲੇਜ ਹੈ ਤਾਂ ਉਹ ਆਪਣੀ ਅੰਸਰ ਕੀ ਆਈਡੀ ਮੇਰੇ WhatsApp ਦੇ ਨੰਬਰ ਉਪਰ ਸੈਂਡ ਕਰ ਸਕਦਾ ਹੈ 7009868826 ਇਹ WhatsApp ਨੰਬਰ ਹੈ ਇਸ ਦੇ ਉਪਰ ਐਗਜੈਕਟ ਹੋਏਗੀ ਤਾਂ ਹੀ ਸੈਂਡ ਕਰਨੀ ਹੈ ਆਦਰਵਾਈਜ਼ ਤੁਹਾਨੂੰ ਅਨਸਰ ਕੀ ਉਰਦੂ ਦੀ ਸੈਂਡ ਨਹੀਂ ਕਰਨੀ ਅਗਰ ਕਿਸੇ ਨੂੰ 100% ਸ਼ੋਰ ਹੈ ਅਨਸਰ ਕੀ ਉਰਦੂ ਪੇਪਰ ਦਿੱਤਾ ਤਾਂ ਤੁਸੀਂ ਇਸ WhatsApp ਦੇ ਨੰਬਰ ਉਪਰ ਸੈਂਡ ਕਰ ਸਕਦੇ ਹੋ ਮੈਂ ਰਿਪੀਟ ਕਰ ਦਿੰਦਾ 7009868826 ਇਹ WhatsApp ਨੰਬਰ ਹੈ ਇਸ ਦੇ ਉਪਰ ਅਨਸਰ ਕੀ ਉਰਦੂ ਦੇ 25 ਕੁਐਸਚਨ ਤੁਸੀਂ ਸੈਂਡ ਕਰ ਸਕਦੇ ਹੋ ਨੈਕਸਟ ਵਾਲੀ ਵੀਡੀਓ ਦੇ ਵਿੱਚ ਉਹ ਵੀ ਨੇਟਿਡ ਕਵਰ ਕਰ ਲੈਂਦੇ ਜਾਣਗੇ ਇਸ ਦੇ ਵਿੱਚ ਆਪਾਂ ਨੇ ਓਨਲੀ ਅਨਸਰ ਕੀ ਕਹਤੀ ਹੈ ਇਸੋ ਫਾਦ ਵਾਲੀ ਵੀਡੀਓ ਆਏਗੀ ਜਿਹੜੀ ਉਸ ਦੇ ਵਿੱਚ ਆਪਾਂ ਸਾਰੇ ਦੇ ਸਾਰੇ ਕੁਐਸਚਨ ਨੂੰ ਸੋਲਵ ਵੀ ਕਰਾਂਗੇ ਡਿਟੇਲ ਦੇ ਵਿੱਚ ਸੋ ਮਿਲਦੇ ਆ नेक्स्ट ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡ ਬਾਏ ਗੋਡ ਬlesਸ ਯੂ ਆਲ ਕੀਪ سپورਟਿੰਗ ਪੰਜਾਬ IQ ਅਗਰ ਤੁਸੀਂ ਇਸ ਵੀਡੀਓ ਦੀ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਯਾਨੀ ਇਸ ਪੇਪਰ ਦੀ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਪੰਜਾਬ IQ ਚੈਨਲ ਦੇ ਉੱਪਰ ਇਸ ਵੀਡੀਓ ਦੀ ਪੀਡੀਐਫ ਅਪਲੋਡ ਕਰ ਦਿੱਤੀ ਗਈ ਹੈ ਸੋ ਥੈਂਕ ਯੂ ਸੋ ਮੱਚ